ਅਖਲਾਰਾ ਆਪਾਂ ਇੱਥੋਂ ਚੁੱਕਣਾ ਪੈਣਾ। ਬੁਰਾ ਹਾਲ ਹੀ ਆ ਕੁੜੀ ਹਵਾ ਬਿਨਾਂ ਧੁੱਬੇ ਗੱਲ ਕਰੀ ਆ ਕਰਕੇ ਆਖਿਆ ਮੈਂ ਕਿਹਾ ਇਕੱਲੇ ਨੂੰ ਹੀ ਵੀ ਮੈਂ ਤੇਰਾ ਸ਼ਬਲ ਗੈਂਗ ਨਹੀਂ ਹੈਗੀ ਫਲੈਟ 'ਚ ਸ਼ਬਲ ਗੈਂਗ ਨਿਕਲੀ ਜੀਗੇ ਕਾਲੀ ਸਾਰਿਆਂ ਨੂੰ ਲੈ ਵੀ ਮਿੱਤਰਾਂ ਅੱਜ ਦੇ ਦਿਨ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਕਰਤੀ ਯਾਰਾਂ ਨੇ, ਪਰ ਮਾਲੀ ਆ ਗਿਆ ਰੂਟੀਨ ਥੋੜ੍ਹੀ ਜਿਹੀ ਉੱਤੇ ਥੱਲੇ ਹੋ ਗਈ ਆ। ਇਹ ਆ ਕੇ ਪਿੰਡ ਕਿੱਥੇ 5:30 ਉੱਠੇ ਸੀ, ਇੱਥੇ ਉੱਠੇ 6:30 ਵਜੇ। 6:30 ਵਜੇ ਉੱਠ ਕੇ ਫੋਨ ਫਾਨ ਚਲਾਇਆ, 7:30 ਵਜੇ ਬਿਸਤਰਾ ਛੱਡਿਆ। ਮੈਂ ਉੱਠ ਕੇ ਦੇਖੇ ਬੰਦੇ ਆਪਣੇ ਬੇਸੁਰਤ ਹੋ ਗਏ ਪਏ ਆ, ਕੋਈ ਉੱਠਣ ਦਾ ਮਾਹੌਲ ਚਾਲ ਨਹੀਂ ਆ। ਹੈਂ ਕਾਹਨੂੰ ਗੱਲਾਂ ਕਰਾਉਣਗੇ, ਮੈਨੂੰ ਲੱਗਦਾ ਜਾਰੀ ਫੋਮ 'ਚ ਆਏ ਬੰਦੇ ਪਿਕਚਰਾਂ ਬਾਹਰ ਲਿਆਉਂਦੇ ਆ ਨਾ। ਰਾਤ ਵੀ ਵਲੌਗ ਬੰਦ ਕਰਤਾ ਦੇ ਬੁਰੇ ਹਾਲ ਭਜਾਈ ਪਰ ਇੱਕ ਦੂਜੇ ਨੂੰ, ਮੈਨੂੰ ਨੀਂਦ ਆਉਂਦੀ ਸੀ ਨਹੀਂ ਤਾਂ ਮੈਂ ਰਾਤ ਵਾਲੇ ਸ਼ੋਟ ਲੈਣੇ ਸੀ। ਮੈਂ ਚਾ ਚੜ੍ਹੇ ਪਏ ਅੱਜ ਵੇਖੋ ਦਿਨੇ ਕਿ ਲੜ ਲੜਾ ਹੁੰਦੀ ਗੁਰੂਆ, ਬਸ ਉੱਠ ਲੈਣ ਸੀ ਕਿਹੜਾ ਸੋਮਣ ਸਾਵਣ ਹੋ ਜਾਣਾ ਜੈਨ ਜੂਨ ਕਰਕੇ ਖੜਦਾ ਕਰਾਂ, ਪਰ ਇਹਨਾਂ ਨੇ ਮੈਨੂੰ ਪਤਾ ਜੇ 2 ਘੰਟੇ ਨਹੀਂ ਉੱਠਣਾ ਅਤੇ ਆਪਾਂ ਆਪਣੀ ਰੂਟੀਨ ਕਿਉਂ ਖਰਾਬ ਕਰਨੀ ਆ। ਆਪਾਂ ਨਹਾ ਧੋ ਕੇ ਗੱਡੀ ਚੱਕਦੇ ਹਾਂ, ਨਿਕਲਦੇ ਹਾਂ ਗੁਰਦੁਆਰਾ ਸਾਹਿਬ ਨੂੰ, ਗੁਰੂ ਮਹਾਰਾਜ ਦਾ ਪਾਠ ਕਰਕੇ ਆਉਂਦੇ ਹਾਂ, ਨਾਲੇ ਦਰਸ਼ਨ ਮੇਲੇ ਕਰਕੇ ਆਉਂਦੇ ਹਾਂ, ਨਾਲੇ ਕੁਝ ਖਾ ਪੀ ਲਵਾਂ ਕਿਉਂਕਿ ਆਪਾਂ ਭੁੱਖੇ ਨਹੀਂ ਰਹਿ ਸਕਦੇ। ਸਿੱਧੀ ਗੱਲ ਆ, ਮੈਂ ਹੁਣ ਉੱਠਿਆ ਆਪਾਂ ਨੂੰ ਡਾਇਟ ਚਾਹੀਦੀ, ਸਿੱਧੀ ਗੱਲ ਆ ਹੈ ਨਾ। ਸਰੀਰ ਵੀ ਮਤਲਬ ਤਾਂ ਟਿਕਦਾ ਜੀ, ਸਰੀਰ ਨੂੰ ਗੇਨ ਕਰਨਾ ਬੜਾ ਸੌਖਾ। ਹੁਣ ਤੁਸੀਂ ਸੋਚਦੇ ਮੰਨੇ ਨੇ ਸਰੀਰ ਬਣਾ ਲਿਆ, ਤਗੜਾ ਹੋਣ ਡਿਆ, ਗੇਨ ਉਹਨੇ ਕਰ ਲਿਆ, ਉਹਨੂੰ ਟਿਕਾ ਕੇ ਰੱਖਣਾ ਬੜਾ ਔਖਾ। ਲਗਾਤਾਰ ਡਾਇਟ ਖਾਣੀ, ਲਗਾਤਾਰ ਮਿਹਨਤ ਕਰਨੀ ਬੜੀ ਔਖੀ ਹੈ। ਹੁਣ ਕਈ ਬੰਦੇ ਕਹਿ ਦਿੰਦੇ ਕਿ ਮਾਂ ਵੀ ਤਾਂ ਸਰੀਰ ਦਿਨਾਂ 'ਚ ਤਗੜਾ ਹੋਇਆ, ਦਿਨਾਂ 'ਚ ਸੁੱਕ ਜਾਂਦਾ। ਇਹ ਜੋ ਤਗੜਾ ਹੋ ਜਾਂਦਾ, ਇਹਨੂੰ ਲੱਗਦਾ ਕਿ ਹੁਣ ਮੈਂ ਤਗੜਾ ਗਿਆ, ਮੈਨੂੰ ਹੁਣ ਜਿੰਮ ਦੀ ਕੀ ਲੋੜ, ਮੈਨੂੰ ਹੁਣ ਡਾਇਟ ਦੀ ਕੀ ਲੋੜ ਆ। ਇਹ ਜਿੰਮ ਵੀ ਇੱਕਦਮ ਛੱਡ ਦਿੰਦਾ, ਡਾਇਟ ਵੀ ਛੱਡ ਦਿੰਦਾ, ਉਹ ਫਿਰ ਜਦੋਂ ਲਿੱਸਾ ਆ ਜਾਂਦਾ ਤਾਂ ਫਿਰ ਹੁਣ ਫਿਰ ਮੈਨੂੰ ਕਹਿਣ ਡਿਆ ਭਾਅ ਜੀ ਮੈਨੂੰ ਜਿੰਮ ਲੈ ਜਾ ਕਰੋ। ਹੁਣ ਅਸੀਂ ਤਾਂ ਸਵੇਰੇ ਤੜਕੇ ਚੱਲ ਜਾਂਦੇ, ਉੱਠਦਾ ਨਹੀਂ ਉਸ ਟਾਈਮ 'ਤੇ, ਬਾਕੀ ਦੋਵਾਂ ਚੋਦਾਂ ਜਿਹਦਾ ਵੀ ਸ਼ੁਰੂ ਕਰਾ ਦਾਂਗੇ। ਅਤੇ ਆਹ ਗੱਲ ਤਾਂ ਆ ਬਾਤ, ਆਪਾਂ ਭੁੱਖੇ ਨਹੀਂ ਰਹਿ ਸਕਦੇ, ਇਸ ਕਰਕੇ ਆਪਾਂ ਚੱਲਦੇ ਹਾਂ ਨਹਾ ਧੋ ਕੇ। ਜਿਵੇਂ ਉਹ ਸੱਜਣ ਮਿੱਤਰ ਨਾਲ ਦਾ, ਇਹਨਾਂ 'ਚ ਕੋਈ ਤਿਆਰ ਹੋ ਗਿਆ ਕਿ ਮੈਂ ਵੀ ਜਾਣਾ ਵਾ, ਕਿਸੇ ਦੇ ਮਨ ਮੇਰੇ ਪੈ ਗਈ ਤਾਂ ਨਾਲ ਲੈ ਜਾਵਾਂਗੇ। ਇੱਥੇ ਕਿਸੇ ਦਾ ਸੂਤਰ ਆਇਆ, ਉੱਥੇ ਪੈ ਗਈ ਜੀ ਰਾਤ, ਇੱਧਰ ਸਰਪੰਚ ਹੋਣੀ ਆਹ ਪਏ ਜੀ। ਹੈਂ ਆਪਾਂ ਥੱਲੇ ਗੱਦਾ ਲਾ ਲਿਆ ਸੀ, ਆਪਾਂ ਨੂੰ ਰਾਤੀ ਬੈੱਡ ਹੀ ਨਹੀਂ ਮਿਲਿਆ। ਹੈਂ ਸਾਰਾ ਵੇਖ ਪਾਇਆ ਹੁੰਦਾ, ਕਿਸੇ ਦੇ ਬੂਟ ਕਿਤੇ ਪਏ, ਕਿਸੇ ਦੇ ਕਿਤੇ ਪਏ ਜੀ, ਦੋ ਬੰਦੇ ਇੱਧਰ ਪਏ ਜੀ, ਦੋ ਇੱਧਰ ਪਏ ਜੀ, ਯਾਰ ਹੋਣਾ ਤਾਂ ਬਿਸਤਰਾ ਥੱਲੇ ਲੱਗਾ ਸੀ। ਲੈ ਵੀ ਮਿੱਤਰਾ ਖਿੱਚ ਧੋ ਕੇ ਬੰਦਾ ਇੱਕ ਮੈਂ ਤਿਆਰ ਕਰ ਲਿਆ ਜੀ, ਸੁਲਾ ਜੀ ਮਾਰ ਕੇ ਗੁਰਦੁਆਰਾ ਸਾਹਿਬ ਜਾਂਦੇ ਦਰਸ਼ਨ ਕਰਦੇ, ਕਿਤੇ ਇੱਕ ਅੱਧਾ ਪਾਪ ਧੁੱਪ ਜਾਂਦਾ ਇਹਨਾਂ ਦਾ ਜੀ। ਹੈਂ ਸਾਰਾ ਭਾਰ ਹੀ ਭੁੱਲਣਾ ਮੇਰੇ ਸਿਰ ਆਉਂਦਾ ਆ ਤੇ, ਹੈਂ ਜੇ ਚੰਗਾ ਕੰਮ ਕਰਦੇ ਤੇ ਫਿਰ ਤਾਂ ਕਿਸੇ ਨੇ ਕਹਿਣਾ ਨਹੀਂ ਹੁੰਦਾ, ਜੇ ਕਿਤੇ ਸਰਪੰਚ ਨੇ ਉਹ ਮਾੜਾ ਕੰਮ ਹੋ ਗਿਆ, ਢਿੱਲੋਦਾ ਭਰਾ ਹੀ, ਢਿੱਲੋਦੇ ਬੰਦੇ ਹੀ, ਢਿੱਲੋਦੇ ਨਾਲ ਦੇ ਹੀ। ਹੈਂ ਮੈਂ ਤਾਂ ਬਾਬੇ ਘਰ ਜਾ ਕੇ ਸੁੱਖਾਂ ਸੁੱਖ ਰਹਿੰਦਾ ਕਿ ਸਾਡੇ ਜਿੰਨੇ ਮੇਰੇ ਸੱਜਣੇ ਨਾ, ਮਤਲਬ ਸੱਜਣਾ ਮਿੱਤਰਾਂ ਦਾ ਵੀ ਇਹੋ ਚੀਜ਼ ਹੈ ਕਿ ਜੇ ਕਿਸੇ ਦੀ ਵੀ ਉਨੀ ਕੀ ਹੈਗੀ ਨਾ, ਉਹਨਾਂ ਦੇ ਨਾਲ ਢਿੱਲੋ ਦੇ ਨਾਲ ਦਾ ਹੀ, ਢਿੱਲੋ ਦੇ ਬੰਦੇ ਹੀ, ਬੜੀ ਇਹ ਚੱਕਰ ਚੋੜੀ ਵੀ ਨਾਮੀ ਹੁੰਦੀ ਆ। ਤਾਂ ਕਰਕੇ ਆਖੀਦਾ ਕਿ ਭਰਾਵਾ ਸਾਡੇ ਸੱਜਣਾ ਮਿੱਤਰਾਂ ਦਾ ਵੀ ਬਾਬਾ ਸੁੱਖ ਹੀ ਰੱਖਣਾ। ਮਿੱਤਰਾਂ ਸਵੇਰੇ ਸਵੇਰ ਦੇ ਪਹਿਲਾਂ ਖਰਚਾ ਪਾਤਾ ਰਾਣੀ ਨੇ,
ਇਹਦੀ ਟੈਂਕੀ ਫੁੱਲ ਕਰਾਓ ਤੇ ਫਿਰ ਕਿਸੇ ਪਾਸੇ ਲੈ ਕੇ ਜਾਊਂਗੀ, ਜਮਾਂ ਹੀ ਖਾਲੀ ਹੋ ਗਈ। ਪਰ ਸਾਡਾ ਟੀਚਰ ਵੀ ਹੋ ਗਈ ਇੱਕ, ਉਹ ਜ਼ਰਾ ਦੱਸ ਦਿੰਦਾ ਕੀ ਆ। ਉਹਨੇ ਟੈਂਕੀ ਫੁੱਲ ਕਰਨ ਡਿਆ ਤੇ 2500 ਦਾ ਪਿਆ ਤੇ ਕੱਟ ਕਰਕੇ ਕਹਿੰਦਾ ਭਾਜੀ ਫੁੱਲ ਹੋ ਗਿਆ। 2500 ਚ ਫੁੱਲ ਹੋ ਗਿਆ, ਇਹ ਕਿੱਦਾਂ ਹੋ ਗਿਆ? ਮੈਂ ਦੱਸਣ ਡਿਆ, ਮੈਂ ਹੈਰਾਨ ਜਦੋਂ 2500 ਤੋਂ ਕਿਹਾ ਭਾਜੀ ਫੁੱਲ ਹੋ ਗਈ ਆ, ਮੈਂ 2500 ਚ ਕਿੱਦਾਂ ਫੁੱਲ ਹੋ ਗਈ? ਮਤ ਗੱਡੀ ਨੂੰ ਸ਼ਰਮ ਆ ਗਈ ਨਹੀਂ ਹੈ? ਉਹ ਲੱਗਣਾ ਨਾ ਤੇਲ ਪਹਿਲਾਂ ਆਣਾ ਵਿੱਚ ਤੇ ਕੱਟ ਕਰ ਗਈ ਆ, ਉਹ ਵੀਰਾ ਤੇਲ ਜੂੰ ਤੇਜ ਪਾਉਂਦੇ ਨਾ ਤੇ ਉਹ ਪੈਪਰ ਜਾਂਦੀ ਆ ਕਰਕੇ ਹੈਰਾਨ ਹੀ ਕਰਦੇ ਲੱਗਾ ਗੁਰੂ। ਲੈ ਵੀ ਮਿੱਤਰਾ, ਗੁਰੂ ਮਹਾਰਾਜ ਦਰਸ਼ਨ ਮੇਲੇ ਕਰ ਲਏ ਜੀ, ਕਿਤੇ ਚਿਹਰੇ ਤੇ ਨੂਰ ਬੜਾ ਆ। ਜਦੋਂ ਬਾਣੀ ਪੜ੍ਹ ਲਏ ਬੰਦਾ ਤੇ ਨੂਰ ਕਿੱਦਾਂ ਨਾ ਵੇਖੋ ਤਰਾ। ਸਹੀ ਗੱਲ ਹੈ, ਇਹ ਗੱਲ ਕਰਦੀ ਆ ਜਾਣ ਮੇਰੀ। ਕਈ ਬੰਦੇ ਨਾ ਰੱਬ ਨਾਲ ਮਤਲਬ ਕਿ ਨਾ ਗਿਲੇ ਸ਼ਿਕਵੇ ਕਰਦੇ ਰਹਿੰਦੇ ਆ ਕਿ ਰੱਬ ਨੇ ਸਾਨੂੰ ਆਹ ਨਹੀਂ ਦਿੱਤਾ ਤੇ ਸਾਨੂੰ ਉਹ ਨਹੀਂ ਦਿੱਤਾ। ਤੇ ਮੇਰੇ ਹਿਸਾਬ ਨਾਲ ਜਿਹੜੀ ਜ਼ਿੰਦਗੀ ਨੇ ਆਪਣੀ ਦਿੱਤੀ ਹੈ ਨਾ, ਇਹ ਵੀ ਉਹਦਾ ਸਹਾਨ ਹੀ ਇੱਕ ਹਿਸਾਬ ਦਾ। ਇੱਕ ਮਿੰਟ 'ਚ ਸਾਹ। ਸਹੀ ਗੱਲ ਹੈ, ਆਪਾਂ ਤਾਂ ਲਾਲਸਾ ਬੰਦੇ ਦੀ ਕਦੇ ਨਹੀਂ ਮੁੱਕਦੀ। ਅਸੀਂ ਤਾਂ ਤਾਂ ਵੀ ਭਰਾਵਾ ਆਖੀ ਦਾ ਕਿ ਜਾਇਆ ਕਰੋ ਮੇਰੇ ਭਰਾ, ਹੈ ਨਾ, ਹੱਥ ਪੈਰ ਸਹੀ ਸਲਾਮਤ ਰਹਿਣ। ਅਤੇ ਮੈਂ ਨਾ ਇਹ ਤੋਂ ਵੱਡੀ ਕੋਈ ਚੀਜ਼ ਨਹੀਂ ਆਪਣੇ ਕੋਲ ਹੈਗੀ। ਹੁਣ ਕਈ ਵੀਰ ਆਪਾਂ ਇੱਥੇ ਵੇਖਦੇ ਹਾਂ ਕਿ ਉਹਨਾਂ ਦੇ ਪੈਰ ਨਹੀਂ ਹੁੰਦੇ, ਕਈਆਂ ਦੇ ਹੱਥ ਨਹੀਂ ਹੁੰਦੇ, ਅਤੇ ਜਿਨ੍ਹਾਂ ਦੇ ਹੱਥ ਨਹੀਂ ਕਿ ਰੋਟੀ ਖਾਣੀ ਕਿੰਨੀ ਔਖੀ ਲੱਗਦੀ ਹੋਵੇ, ਹਰ ਰੋਜ਼ ਥੋੜ੍ਹੀ ਕੋਈ ਰੋਟੀ ਖਵਾ ਦਊ ਉਹਨਾਂ ਨੂੰ। ਬਾਬਾ ਹੋਣੇ ਖਲੋਤਾ ਹਾਂ, ਅਤੇ ਉਹ ਉੱਦਾਂ ਉਹ ਇਹ ਤਾਂ ਗੁਰਦਾਸ ਸਾਹਿਬ ਬਾਬਾ ਸੇਵਾ ਕਰਨ ਡਿਆ, ਹੈ ਨਾ। ਉਹ ਤੋਂ ਬਕਾਇਦਾ ਵੀ ਆਪਾਂ ਬਾਹਰ ਵੇਖਦੇ ਹਾਂ ਤਾਂ ਆਪਾਂ ਮੰਨਦਾ ਕਿ ਇੰਨੀ ਜੀ ਆਪਾਂ ਨੂੰ ਬੜਾ ਖੁਸ਼ ਹੋਣਾ ਚਾਹੀਦਾ ਕਿ ਆਪਣੇ ਅੰਗ ਪੈਰ ਸਹੀ ਸਲਾਮਤ ਆ, ਅਤੇ ਸ਼ੁਕਰਾਨਾ ਕਰਨਾ ਚਾਹੀਦਾ ਮਾਲਕ ਦਾ। ਮੈਂ ਤਾਂ ਇਹੋ ਚੀਜ਼ ਦਾ ਸ਼ੁਕਰਾਨਾ ਕਰਦਾ ਰੋਜ਼, ਸੱਚੇ ਪਾਤਸ਼ਾਹ ਹੱਥ ਪੈਰ ਸਹੀ ਸਲਾਮਤ ਰੱਖੀ, ਹੈ ਨਾ, ਅਤੇ ਬਸ ਆਪਣਾ ਮਿਆਰ ਰਹਿੰਦਾ ਪਰ ਹੱਥ ਰੱਖੀ। ਦੁਨੀਆਂ ਦੇ ਕਿਸੇ ਪਾਸੇ ਵੀ ਖੁਸ਼ ਨਹੀਂ ਆਪਣੇ ਤੋਂ, ਕਿਸੇ ਪਾਸੇ ਵੀ। ਜੇ ਆਪਾਂ ਗੁਰਦੁਆਰੇ ਆਉਂਦੇ ਲੋਕ ਇਸ ਤੋਂ ਵੀ ਤੰਗ ਆ, ਇਹ ਰੋਜ਼ ਗੁਰੂ ਘਰ ਕਿਉਂ ਜਾਂਦੇ ਆ? ਇਹ ਪਖੰਡ ਕਰਦੇ ਆ, ਪਖੰਡ ਇੱਕ ਦਿਨ ਹੋ ਸਕਦਾ, ਰੋਜ਼ ਨਹੀਂ। ਵਿਖਾਵਾ ਇੱਕ ਦਿਨ ਹੋ ਸਕਦਾ, 10 ਦਿਨ ਕਰ ਲਓਗੇ, ਮਹੀਨਾ ਕਰ ਲਓਗੇ। ਮੈਨੂੰ ਲਗਾਤਾਰ 3-4 ਸਾਲ ਹੋ ਗਏ ਕਿ ਮੈਂ ਜਦੋਂ ਇਹ ਸਟੋਰੀਆਂ ਆਪਣੀਆਂ ਸ਼ੁਰੂ ਕੀਤੀਆਂ, ਆਪਾਂ ਪਹਿਲਾਂ ਵੀ ਆਉਂਦੇ ਤੇ ਹੁਣ ਵੀ ਆਉਂਦੇ। ਵਿਖਾਲਾ ਭੁਲਾ ਮੌਕਾ ਹੀ ਸ਼ਾਹ ਆ ਆਪਣੇ ਕੋਲ ਹੁਣ, ਨੰਬਰ ਨੰਬਰ ਦੇ ਕੇ ਜਾ ਸ਼ਾਹ। ਇੱਕ ਵਾਰ ਮੇਰੇ ਕੰਨ ਚ ਮੱਖੀ ਜੀ ਵੜ ਗਈ, ਸਾੜੀ ਨਿਕਲੇ ਨਾ ਕੁੜੀ, ਮੈਂ ਬਸ ਤੇਲ ਪਾਇਆ ਤੇ ਫਿਰ ਜਾ ਕੇ ਡਰਿਆ ਬੜਾ ਸ਼ਾਹ, ਇਹ ਲਾਦਾ ਕਿਸੇ ਨੇ ਤੀਲਾ ਤੂਲਾ ਮਾਰਿਆ ਪਹਿਲਾਂ। ਐਸੀ ਗੱਲ ਨਹੀਂ ਹੈ ਸਰ, ਹੈ ਪ੍ਰੋਫੈਸ਼ਨਲ ਹੈ ਬੰਦਾ, ਮੇਰੇ ਕੱਢ ਦਿੱਤਾ ਪਹਿਲਾਂ ਨੇ ਹੁਣ, ਹੈ ਸਹੀ ਗੱਲ। ਸ਼ਾਹ ਕਿੱਥੋਂ ਆ ਤੂੰ, ਤੁਸੀਂ ਕਿੱਥੋਂ ਜੇ? ਹਰਿਆਣਾ ਤੋਂ? ਮੈਨੂੰ ਜਾਣਦਾ ਨਹੀਂ ਫਿਰ, ਹੈ ਨਾ, ਜੇ ਆਪਣਾ ਇੱਥੇ ਹੁੰਦਾ ਨਾ ਗੁਰੂਆ ਨੇ ਢਿੱਲੋ ਦੀ ਮੈਲ ਕੱਢ ਕੇ। ਅੱਛਾ ਦਿੱਲੀ ਤੋਂ, ਮੇਨ ਦਿੱਲੀ ਤੋਂ ਤਾਂ, ਅੱਛਾ ਤਾਂ ਫਿਰ ਫੜ ਸ਼ਾਹ ਸੈਂਡ ਵੀ ਇੱਕ ਪੀਸ ਤੇ ਖਾ ਲਾ, ਘਰਦਿਆਂ ਮਨਾ ਕੀਤਾ ਖਾਣਾ ਨੀ ਕਿਸੇ ਨਾ, ਹੈ ਛੱਡਣਾ ਕੋਈ ਨੀ, ਬੰਦੇ ਨੀ ਸਾਡੇ ਆਏ, ਸੱਤ ਅੱਠ ਜਾਣੇ ਤੇਰੀ ਚੰਗੀ ਦਿਹਾੜੀ ਪੈਣੀ, ਉਹ ਬੰਦੇ ਨੀ ਆਏ ਕੁੜੀ ਆ ਸਾਡੇ। ਮੈਂ ਵੀ ਮਿੱਤਰਾ, ਅੱਜ ਮੇਰੇ ਦੇ ਭੁੱਲਰ ਦੇ ਕਰਮਾ ਚ ਹੈਗਾ ਖਾਣ ਪੀਣ ਦਾ, ਰਸਤ ਪਾਣੀ ਸਵੇਰ ਵਾਲਾ ਮੋਰਨਿੰਗ ਜਿਹਨੂੰ ਬ੍ਰੇਕਫਾਸਟ ਕਹਿ ਦਿੰਦੇ ਆ, ਛਕ ਛਕਾ ਕੇ ਅਸੀਂ ਚੱਲੇ ਹੁਣ ਫਲੈਟ ਤੇ ਬਹਿਨੇ, ਭਲਾ ਜਾ ਕੇ ਬੰਦੇ ਉੱਠੇ ਕਿ ਨਹੀਂ ਉੱਠੇ, ਜਦੋਂ ਕਿ ਮੈਨੂੰ ਲੱਗਦਾ ਹਜੇ ਬਿਸਤਰਿਆਂ 'ਚ ਹੀ ਪਏ ਹੋਣੇ ਆ, ਜਾ ਕੇ ਠਾ ਕੇ ਕਰਾਉਂਦੇ ਨਵੇਂ ਕਰ ਸਫਾਈ ਕਰਾਂ, ਦੋ ਦੋ ਹੱਥ ਕਰਦੇ ਆ ਨਵੇਂ ਕਰਾਂ, ਐਂ ਫਲੈਟ ਦੇ ਆ ਲਿਸ਼ਕਾ ਪੁਸ਼ਕਾ ਫਲੈਟ ਹੈਗਾ, ਆਪਾਂ ਚਾਦਰਾਂ 'ਚ ਲੈਣਾ ਚਾਹੀਏ ਯਾਰ, ਦੁਕਾਨਾਂ ਖੁੱਲ੍ਹ ਕੇ ਆਉਣੀ ਹੈ ਨਾ, ਕਹਿੰਦਾ ਉੱਠੋ ਬਈ ਆਪ ਸਫਾਈ ਕਰੀਏ। ਇਹ ਮਤਲਬ ਪਹੁੰਚ ਨਹੀਂ ਯਾਰ ਨਹੀਂ ਫਲੈਟ ਦੇ, ਇੱਥੋਂ ਦਾ ਪਤਾ ਵੀ ਲੈ ਇਹਦੇ ਬੰਦੇ ਉੱਠਣ ਨਹੀਂ ਡੇ, ਸੁਣ ਹੈਂ ਦੱਸ ਦੇ ਨਹੀਂ ਜੀ ਇਹ ਸਫਾਈ ਕਰਨੀ ਆ, ਪੁੱਲਣਾ ਚਾਹ ਦੀ ਡਿਮਾਂਡ ਆ ਗਈ, ਚਾਹ ਦੀ ਚਾਹ ਪਿਆ ਦਾਂਗੇ ਤੁਹਾਨੂੰ, ਰਸ ਵੀ ਖਵਾ ਦਾਂਗੇ, ਜਿਹੜੀ ਸਫਾਈ ਆ ਨਾ ਸਫਾਈ ਦੇ ਤੁਹਾਨੂੰ ਕਰਨੀ ਪੈਣੀ ਵੀਰ ਜੀ। ਹੋ ਗੁਰੂਆ ਇੰਨਾ ਚਿੱਲ ਮੁੜ ਚੱਲਣ ਡੇ ਬੰਦੇ, ਹੈਂ ਇੰਨਾ ਸਵਾਦ ਲੈਣ ਡੇ ਮਾਲੀ ਆ ਗਏ, ਸੌ ਸੌ ਕੁ ਟਾਈਮ ਕੱਢ ਲੈਣਾ ਭੈਣ ਚੋ, ਦੱਸਦਾ ਨੀ ਉੱਠੋ ਸੋਣੋ ਗੁਰੂਆ, ਤੁਸੀਂ ਤੇ ਕਾਹਨੂੰ ਗੱਲਾਂ ਕਰਾਈ ਜਾਂਦੇ, ਲੈ ਉੱਧਰ ਵੇ
ਕਿੱਦਾਂ ਰਜਾਈ ਵਰੇਟੀ ਦੋਵਾਂ ਨੇ ਬੜੇ ਗਲਤ ਕੰਮ ਨਾ ਕਰੀ ਜਾਂਦੇ ਹੁਣ ਇਹ ਨੀ ਪਤਾ ਲੱਗਣ ਡਿਆ ਕਿੱਧਰ ਮੁਆ ਕੇ ਪਏ ਆ ਲੈ ਵੀ ਤੇਰੇ ਪਰਦੇ ਬੰਨੇ ਗੋਲੀ ਤੁਰਲੇ ਪੰਨੇ ਕਾਲੀ ਸਰਪੰਚਾ ਤੂੰ ਇੱਥੋਂ ਐਸਟੀਮੇਟ ਲਈ ਜਾ ਭੈਣ ਦੇ ਆਪਣੇ ਬੰਦੇ ਦਾ ਪਤਾ ਹੁੰਦਾ ਆਪਣੇ ਮਾਲ ਡੰਗਰ ਦਾ ਪਤਾ ਹੁੰਦਾ ਹੈ ਉੱਠੋ ਯਾਰ ਕਰੀਏ ਸਾਫ਼ ਸਫਾਈ ਬਹੁਤ ਕੰਮ ਕਰਨ ਵਾਲਾ ਉਹ ਤਾਂ ਲੈ ਕੇ ਆਏ ਨੇ ਕੁੜੀ ਖੰਡ ਨਹੀਂ ਹੈਗੀ ਖੰਡ ਲੈਣ ਘੱਲਿਆ ਹੀ ਮੈਂ ਆਪੋ ਆਪਣੇ ਕੰਮਾਂ ਵਿੱਚ ਡਟ ਗਏ ਜੀ ਹੈ ਕੰਮ ਇਹਨਾਂ ਨੇ ਮੰਨ ਲਿਆ ਸਰਪੰਚ ਕਹਿੰਦਾ ਬਾਥਰੂਮ ਸਾਫ ਕਰਨੇ ਨਬੇੜੀ ਕੰਮ ਇੰਟਰ ਮਿੰਟੀ ਕਰਕੇ ਨਾ ਜਿਹੜਾ ਫਾਲਤੂ ਸਮਾਨ ਹੈ ਸਰਪੰਚ ਕੋਈ ਚੀਜ਼ ਜਿਹੜੀ ਖਾਣ ਪੀਣ ਵਾਲੀ ਚੀਜ਼ ਮੰਨ ਲਾ ਪੁਰਾਣੀ ਹੋ ਗਈ ਨਾ ਬਹੀ ਹੋ ਗਈ ਹੈ ਸਾਰਾ ਕੋਈ ਚੀਜ਼ ਹੈ ਲੈ ਗੋਰੀ ਵੇਲੇ ਤੇਰੇ ਤੇ ਬੜੀ ਅੱਖ ਰੱਖੀ ਹੈ ਬਈ ਇਹਨੇ ਗੱਲ ਦੀ ਬਾਲਕੁਨੀਆਂ ਸਾਫ਼ ਕਰ ਲਓ ਪਾਣੀ ਮਾਰ ਕੇ ਦੋਵੇਂ ਆਹ ਪਾਣੀ ਮਾਰ ਕੇ ਵਾਈਪਰ ਮਾਰ ਦਿੰਦੇ ਅਤੇ ਆਹ ਸਟੋਰ ਰੂਮ ਵਿੱਚ ਵੀ ਸਮਾਨ ਸੈੱਟ ਕਰਕੇ ਲਾਈਏ ਆ ਜਿਹੜਾ ਖਰਾਬ ਖਰੂਬ ਹੈ ਨਾ ਸੁੱਟ ਦਈਏ ਬਾਹਰ ਕੱਢ ਕੇ ਬਹੁਤ ਜ਼ਿਆਦਾ ਖਲਾਰਾ ਪਿਆ ਬੇ ਢੁੱਕਾ ਸਮਾਨ ਪਿਆ ਜਿਹੜਾ ਕੱਢ ਦਈਏ ਬਾਹਰ ਕੀ ਭਲਾ ਸੁੱਟੋ ਕੰਮ ਹੈ ਬੜਾ ਬੰਦੇ ਦੂਹੋ ਦੂਹ ਲੱਗੇ ਹੀ ਪਏ ਕੀ ਸੁੰਘੀ ਜਾਂਦਾ ਹੈ ਲੈ ਵੀ ਸਰਪੰਚ ਕਹਿੰਦੇ ਨੇ ਨਾ ਹਰੇਕ ਕੰਮ ਨੂੰ ਤੇਜ਼ ਆ ਦੂਹੋ ਦੂਹ ਲਿਆ ਸਰਪੰਚ ਹੈ ਉਹ ਕੀ ਕੰਮ ਹੈ ਇੱਥੇ ਹੈ ਲੋਕਾਂ ਨੇ ਗਲਤ ਸਮਝ ਲੈਣਾ ਅੱਗ ਬਲਨ ਹੁੰਦਾ ਬਲਨੇ ਪੈਂਦੇ ਆ ਗਲਤ ਨਹੀਂ ਸਮਝਣਾ ਬਾਕੀ ਸਮਝੀ ਲਓ ਫਿਰ ਕਿਹੜੀ ਗੱਲ ਆ ਕੀ ਕਹਿ ਸਕਦੇ ਹਾਂ ਹਰ ਕਦੀ ਆਪ ਆਪਣੀ ਸੋਚ ਹੁੰਦੀ ਆ ਲੈ ਵੀ ਆਹ ਕਮਰਾ ਕਰਤਾ ਜੀ ਓਕੇ ਰਿਪੋਰਟ ਅਤੇ ਆਹ ਨਾ ਬਾਰੀਆਂ 'ਤੇ ਲਾਏ ਇਹ ਚੜ ਜੇ ਇਹ ਹੋਵੇ ਖਰਾਬ ਅਤੇ ਮੇਰਾ ਲੱਗਦਾ ਮੈਂ ਇਹ ਲੈ ਗਿਆ ਵਾਂ ਇਹਦੇ ਨਾਲ ਕਮਰੇ 'ਚ ਵਾ ਹਨੇਰਾ ਹਨੇਰਾ ਆ ਜਾਵੇ ਫੀਲਿੰਗ ਬਹੁਤ ਸੋਹਣੀ ਆਉਂਦੀ ਹੈ ਇੱਧਰ ਹੀ ਲਾ ਦਿੰਦੇ ਆਪਾਂ ਚੜ ਜੇ ਹੈ ਨਾ ਕਮਰਾ ਸੋਹਣਾ ਲੱਗਦਾ ਹੈ ਬਾਲਕਨੀ 'ਚ ਮਾਰਦੇ ਪਾਣੀ ਮਾਰਦੇ ਹੈ ਰਹਿਣਾ ਚਾਹੀਦਾ ਸ਼ੀਸ਼ੇ ਕੌਲੀ ਲਿਆਵਾਂ ਸ਼ੀਸ਼ੇ ਸਾਫ਼ ਕਰਨੇ ਨੇ ਹੈਂ ਕੌਲੀ ਨਾ ਹੋਰ ਕੋਈ ਚੀਜ਼ ਜਿਹੜੀ ਲਿਆਉਣੀ ਹੈ ਆਪਣੇ ਗੇਟ ਤੇ ਗਾੜੀ ਹੋ ਗਿਆ ਕੰਮ ਤੇ ਲੈ ਮੁੰਡੇ ਡਾਈ ਸਾਈਡ ਪਰ ਲੈ ਜੇ ਕਿੰਨਾ ਕਰਾਇਆ ਕੰਮ ਤੇਰਾ ਭਲਾ ਜੇ ਤੇਰਾ ਹੈ ਹੀ ਬੜਾ ਉਹ ਕੌਲੀ ਲਿਆਂਦਾ ਜੇ ਸ਼ੀਸ਼ਿਆਂ ਦੇ ਕੌਲੀ ਨੇ ਮਾਰ ਦੋ ਨਾ ਆਹ ਸਮਾਨ ਰਖਾ ਲਓ ਇੱਥੇ ਰੱਖ ਦੇਗਾ ਗੋਰੀ ਫੜੇ ਆਂਡੇ ਤਾਂ ਰੱਖ ਦਿੱਤੇ ਆ ਉੱਥੇ ਲਿਆਂਦਾ ਕੱਪੜਾ ਉਹ 'ਚ ਪਿਆ ਸਾਰਾ ਸਮਾਨ ਗੁਰਾ ਸਮਾਨ ਮਹਿੰਗਾ ਬੜਾ ਆ ਥੋੜ੍ਹਾ ਸਮਾਨ 4,000 ਦਾ ਅਤੇ ਹੋਰ ਬਹਿ ਜਾ ਕਰਾਤੀ ਨੇ ਹੈਂ ਗੁਰੂ ਆ ਪਾ ਕੇ ਠੁੱਟ ਮਾਰਿਆ ਬੰਦਾ ਦੂਰਾ ਤੀਰਾ ਹੋ ਸਕਦਾ ਹੈਂ ਮਿੱਤਰਾ ਮੁੜਿਆ ਨੇ ਸਫਾਈ ਵਾਲਾ ਕੰਮ ਤੇ ਕਰ ਲਿਆ ਓਕੇ ਰਿਪੋਰਟ ਪਰ ਹਜੇ ਨਾ ਦਿਲ ਨੂੰ ਉਹ ਚੀਜ਼ ਨੀ ਹਜੇ ਲੱਗੀ ਕਿ ਹਾਂ ਵੀ ਪੂਰੀ ਓਕੇ ਰਿਪੋਰਟ ਹੋ ਗਈ ਹੋਵੇ ਹਨਾ ਸ਼ਾਮਾਂ ਨੂੰ ਇੱਕ ਸ਼ਿਫਟ ਦੀ ਹੋਰ ਲਵਾਉਣਾ ਮੈਂ ਹਜੇ ਗੱਲ ਨਹੀਂ ਬਣੀ ਹਜੇ ਉਨੀ ਨਾ ਉਨਾ ਮਾਹੌਲ ਜਿਹਾ ਨਹੀਂ ਬਣਿਆ ਜਿੰਨਾ ਬਣਨਾ ਚਾਹੀਦਾ ਸਫਾਈ ਵਾਲਾ ਬੰਦੇ ਥੱਕ ਕੇ ਕਹਿੰਦੇ ਇਹਨੇ ਮਾਹੌਲ ਚੱਲ ਥੱਕੇ ਹੋਏ ਹੈਂ ਦੱਸਦੇ ਨਹੀਂ ਜੇ ਥੱਕੇ ਜੇ ਫਿਰ ਥੋੜ੍ਹੀ ਸਫਾਈ ਹੋਰ ਕਰ ਲਈਏ ਹੈਂ ਆਹ ਰੋਟੀ ਖਾ ਕੇ ਚੱਲੀਏ ਸ਼ਾਮ ਨੂੰ ਵਿਹਨੇ ਕਰੇ ਕੀ ਮਾਹੌਲ ਬਣਦਾ ਉਹ ਚੁੱਕੋ ਫਿਰ ਸਾਰਾ ਉੱਧਰ ਪਾਇਆ ਵੇਲਾ ਉੱਠ ਦਵਾਂ ਫਿਰ
ਇਹਨੂੰ ਵਾਸ਼ ਕਰਕੇ ਉਹਨੇ ਚੱਲਿਆ ਨਹੀਂ ਇੱਕ ਹੁਣ ਵੇਖੇ ਜਿਹੜੀ ਰੋਟੀਆਂ ਨੂੰ ਵਾੜ ਪੈਣੀ ਨਾ ਉੱਥੇ ਸਰਪੰਚ ਕਹਿੰਦਾ ਇੱਥੇ ਵਗਾ ਲਈ ਮਤਲਬ ਕਿਤੇ ਜਾਣ ਦੀ ਵਾਹ ਨਹੀਂ ਹੈਗੀ ਮੈਂ ਤੇ ਗਰਮ ਗਰਮ ਲੱਸਦੀਆਂ ਖਾ ਲਓਗੇ ਇੱਕ ਤੋਂ ਵੱਧ ਖਾਧੀਆਂ ਜਾਣਗੀਆਂ ਨਾਲ ਕੋਈ ਮਿੱਠੀ ਛਿੱਟੀ ਚੀਜ਼ ਖਾ ਲਓ ਕਿਤੇ ਲਾਗੇ ਆਈਸਕ੍ਰੀਮ ਕੋਈ ਸ਼ੇਕ ਵਗੈਰਾ ਕੋਈ ਇੰਨੇ ਕੰਮ ਕਰਨ ਤੋਂ ਬਾਅਦ ਤੁਹਾਨੂੰ ਖੁੱਲੀ ਛੁੱਟੀ ਜੋ ਮਰਜ਼ੀ ਖਾਓ ਪੀਓ ਕਾਹਨੂੰ ਗੱਲਾਂ ਕਰੋ ਜੋ ਮਰਜ਼ੀ ਬਾਸ਼ੀ ਕਰੋ ਬਾਸ਼ੀ ਤਾਂ ਮੈਂ ਫਿਲਹਾਲ ਕਰ ਰਿਹਾ ਉੱਤੇ ਬਾਕੀ ਜਿਹੜੀ ਇੱਥੋਂ ਬਾਸ਼ੀ ਕਰਨੀ ਵੀ ਕਰ ਸਕਦੇ ਜੀ ਖੁੱਲੀ ਛੁੱਟੀ ਤੁਹਾਨੂੰ ਅੱਜ ਅਤੇ ਬਾਸ਼ੀ ਹਿਸਾਬ ਹਿਸਾਬ ਨਾਲ ਕਰਨੀ ਹਿਸਾਬ ਹਿਸਾਬ ਨਾਲ ਲਾਹਮਾ ਨਾ ਆਵੇ ਬਾਸ਼ੀ ਕਰਦੇ ਕਰਦੇ ਬਾਸ਼ੀ ਇਸ ਹਿਸਾਬ ਨਾਲ ਕਰਨੀ ਹੈ ਸਟੋਰੀ ਸਟੋਰੀ ਧਿਆਨ ਨਾਲ ਪਾਉਣੀ ਆ ਬੁਰਾ ਹਾਲ ਹੀ ਹੈ ਕੁੜੀ ਹੋਵੇ ਬਿਨਾਂ ਧੁੱਬੇ ਗੱਲ ਕਰੀ ਜਾਂਦਾ ਆ ਗੋਲੀ ਵੀ ਅੱਛਾ ਹੱਥ 'ਚ ਗੋਲੀ ਫੜੀਏ ਉੱਧਰ ਹੈ ਹੈ ਬੋਤਲ ਲੈ ਕੇ ਲਈ ਠੰਡ ਲੱਗਣੀ ਤਾਂ ਗੋਲੀ ਖਾਣ ਲੱਗਾ ਹਾਂਜੀ ਨੀ ਸਾਡੇ ਤੋਂ ਵੱਖਰਾ ਬੈਠਾ ਗੁਰੂ ਤੂੰ ਚੰਗੇ ਥੋੜੀ ਲੱਗੀਦਾ ਇਹਦੀ ਲੈਣੀ ਭੈਣ ਚੋ ਪੁੱਤਰ ਦੀ ਰਹਿ ਲਾ ਇੱਧਰ ਚੀਜ਼ਾਂ ਨੀ ਗੁਰੂਆ ਗੰਦੇ ਕੰਮ ਕਰ ਨਹੀਂ ਨਹੀਂ ਆਪਾਂ ਚੀਜ਼ਾਂ ਦੂਰ ਰਹੀਦਾ ਤੈਨੂੰ ਪਤਾ ਇਹ ਸਾਰਾ ਬੱਕਰੀ ਦੀ ਲੱਗਣ ਦੀ ਮੈਨੂੰ ਮੈਂਗਣ ਚੁੱਕੀ ਹੋ ਇਹ ਬੱਕਰੀ ਦੀ ਮੈਂਗਣੀ ਪੱਕਾ ਹੀ ਬੱਕਰੀ ਦੀਆਂ ਮੈਂਗਣਾ ਹੀ ਮੈਨੂੰ ਅੱਗੇ ਗੋਰੀ ਪਤਾ ਕੀ ਕਹਿੰਦਾ ਰਾਜ ਕਹਿੰਦਾ ਸਾਰੇ ਵਿਆਹ ਕਰਾਈ ਜਾਂਦੇ ਤੇ ਮੈਂ ਵਧੀਆ ਗੱਲ ਹੈ ਕਹਿੰਦਾ ਵਿਆਹ ਕਰਾ ਕੇ ਵੀਡੀਓ ਹੀ ਪਾਈ ਜਾਂਦੇ ਆ ਤੇ ਮੈਂ ਵਿਆਹ ਕਰਾਉਂਦੇ ਵੀਡੀਓ ਪਾਉਣ ਲਈ ਹੋਰ ਵਿਆਹ ਕਰ ਲਈ ਵਿਆਹ ਕਰਾ ਕੇ ਵੀਡੀਓ ਪਾਓ ਤੇ ਵਿਊ ਲਓ ਨਜ਼ਾਰੇ ਸਿਆਪਾ ਫੁੱਲ ਵਧਾ ਮਾਰ ਕੇ ਬੰਦੇ ਕਦੇ ਲੱਗਣਾ ਨੀ ਮਿੱਤਰਾ ਗੱਲ ਏਦਾਂ ਵਾ ਕਹਿੰਦੇ ਮੁੰਡੇ ਪੀ ਲੈਗੇ ਚਾਹ ਰੋਟੀ ਲਈ ਖਾ ਜਿਹੜੀ ਕੀ ਕਰਮਾਂ ਚ ਨਾ ਹੋਵੇ ਉਹ ਨਹੀਂ ਖਾਧੀ ਜਾਂਦੀ ਗੁੜ ਵਾਲੀ ਚਾਹ ਨਹੀਂ ਕਰਮਾਂ 'ਚ ਹੈਗੀ ਚੇਚਾ ਅਸੀਂ ਵੀਰ ਨੂੰ ਲਿਆ ਕੇ ਨਾ ਮਤਲਬ ਕਿਹਾ ਕਿ ਵੀਰ ਗੁੜ ਦੀ ਚਾਹ ਪਿਆ ਦੇ ਸਾਨੂੰ ਕਹਿੰਦਾ ਗੁੜ ਨਹੀਂ ਹੈਗਾ ਫਿਰ ਬਾਈ ਦੁਕਾਨ ਤੋਂ ਲੈ ਕੇ ਆਇਆ ਉਹ ਕੀ ਗੱਲ ਹੋਈ ਗੁੜ ਪਤਾ ਨਹੀਂ ਮਾੜਾ ਨਿਕਲਿਆ ਜਾਂ ਕੈਮੀਕਲ ਵਾਲਾ ਸੀ ਉਹ ਜਦੋਂ ਦੁੱਧ 'ਚ ਪਾਵੇ ਦੁੱਧ ਫੁੱਟ ਜਾ ਕਰੇ ਸਾਡੇ ਕਰਮਾਂ 'ਚ ਚਾਹ ਨਹੀਂ ਗਈ ਫਿਰ ਅਸੀਂ ਦੂਜੀ ਚਾਹ ਮਿੱਠੇ ਵਾਲੀ ਖੰਡ ਵਾਲੀ ਚਾਹ ਪੀ ਲੈਂਗੇ ਨਾਲ ਅਸੀਂ ਕਰਾਈਆਂ ਮੱਠੀਆਂ ਪਰ ਜੇ ਗੁੜ ਵਾਲੀ ਮਿਲ ਜਾਂਦੀ ਫਿਰ ਕਾਹਨੂੰ ਗੱਲਾਂ ਹੀ ਹੋ ਜਾਣੀਆਂ ਬੰਦੇ ਫਿਰ ਐਕਟਿਵ ਹੋ ਜਾਣੇ ਅਤੇ ਜਾ ਕੇ ਮੈਂ ਫਿਰ ਸਫਾਈ ਕਰਵਾ ਲੈਣੀ ਕੰਮ ਬਹੁਤ ਪਿਆ ਅਜੇ ਕੰਮ ਪੈਂਡਿੰਗ ਆ ਮੈਂ ਤੁਹਾਡੇ ਤੁਸੀਂ ਜੋ ਫਲੈਟ ਗਿਆ ਮੈਂ ਕਹਿੰਦਾ ਕੋਈ ਪੁੱਟ ਆਇਆ ਉੱਥੋਂ ਵਾਸ਼ ਵਿਚ ਨੂੰ ਪੁੱਟ ਆਇਆ ਮੈਂ ਤੇ ਉਹ ਵੀ ਨਵਾਂ ਲਵਾਉਣਾ ਆਪਾਂ ਜਾ ਕੇ ਤੁਸੀਂ ਵੇਖੋ ਕੀ ਮਾਹੌਲ ਬਣਦਾ ਇਹ ਲੰਮੇ ਨਹੀਂ ਪੈਣਾ ਇਹਦੀ ਜਿੰਮ ਜਾਣਾ ਹੁਣ ਸਰ ਜਿੰਮ ਲਾਵਾਂਗੇ ਆ ਕੇ ਫਿਰ ਨਵਾਂ ਧੋਵਾਂਗੇ ਅਤੇ ਫਿਰ ਕਿਤੇ ਕੈਫੇ ਪਵਾਂਗੇ ਕਾਹਨੂੰ ਗੱਲਾਂ ਕਰਾਵਾਂਗੇ ਕੰਮ ਬਹੁਤ ਜ਼ਿਆਦਾ ਪੈਂਡਿੰਗ ਆ
ਚਾਰ ਪੰਜ ਦਿਨ ਰਹਿਣਾ ਵਾ, ਪੂਰਾ ਚਿੱਲ ਮਾਰਨਾ ਵਾ, ਸਲੋ ਸਲੋ ਕੰਮ ਕਰਨੇ ਸਾਰੇ। ਉਹ ਨਹੀਂ ਜਾਣਾ ਪਿਆ ਤੁਸੀਂ ਰਾਤ ਵਾਲਾ ਵਿਆਹ ਮਤਲਬ? ਮੈਂ ਵੀਰ ਜੀ ਇਕੱਲੇ ਵਿਆਹ ਜਾਣ ਨਹੀਂ ਦੇਣਾ, ਮੈਨੂੰ ਨਾਲ ਖੜੋ। ਨਹੀਂ ਨਹੀਂ ਕਾਲੀ ਵੀਰ ਵੀ ਜਾਊਗਾ, ਮੈਂ ਵੀ ਨਾਲ ਜਾਊ। ਮੈਂ ਨਾ ਗੋਰੀ ਵੀਰ ਸਾਡੀ ਫੈਨ ਨੂੰ ਵੇਖ ਲੋੜ ਹੋਵੇ ਸਹੀ ਕੁੜੀ ਆ, ਗੋਰੀ ਤੋਂ ਵੀਰ ਹੋ ਗਿਆ ਜੇ ਉਹ। ਹੈਂ ਲੈ ਵੀ ਮਿੱਤਰਾ ਲੈਣਾ ਰਹੀਆਂ ਜੇ ਮਾਰ ਤੇ 3-4 ਹਜ਼ਾਰ ਚ ਪਏ ਮੈਨੂੰ ਗੁਰੂਆ ਰੋਟੀ ਆ ਇੱਥੇ ਰੱਖੀ ਆ ਆਪਾਂ ਸਿਲੰਡਰ ਸਲੁੰਡਰ ਫਲੈਟ 'ਚ। ਇਹਨੂੰ ਚਾਹ ਚੜਿਆ ਡਿੱਗੀ ਜੀ ਬਹਿਣ ਦਾ ਕੋਈ ਨੀ, ਜਦੋਂ ਪਿੰਡ ਜਾ ਬਾਲਾਂਗੇ ਤੈਨੂੰ। ਜਿਹਨੇ ਜਿਮ ਲਾਉਣਾ ਉਹ ਜਾਇਓ, ਬਾਕੀ ਘਰੇ ਰਹੋ। ਇਹੋ ਜਿਹੇ ਪਿਆਰ ਬਹੁਤ ਘੱਟ ਲੱਭਦੇ ਅੱਜ ਕੱਲ ਸੱਚੇ ਪਿਆਰ। ਗੈਰਾਂ ਦੀ ਡੋਲੀ ਨਹੀਂ ਚੜਨਾ, ਕੁਝ ਖਾ ਕੇ ਮਰ ਜੂਗੀ ਅੱਜ ਕੱਲ ਪਿਆਰੇ। ਲਾਈਆਂ ਵੇ ਤੇਰੇ ਨਾਲ ਪਰੀਤਾਂ ਮਾਈਆਂ ਵੇ ਯਾਰ, ਆਹ ਵੇਲਾ ਇੰਨੇ ਕੰਮ ਕਰਕੇ ਗੱਡੀ ਧਵਾਉਣੀ ਪੈਣੀ ਮੈਨੂੰ, ਪਰ ਮੈਂ ਸੋਚਦਾ ਕਿ ਮੈਂ ਟਾਕੀ ਮਾਰ ਹੀ ਲਵਾਂ। ਅੱਛਾ ਠੀਕ ਹੈ, ਮਾਰਦਾ ਆਪਣੇ ਹਿਸਾਬ ਨਾਲ। ਹੁਣ ਜੇ ਦੱਸੋ ਜਿੰਮ ਕਿਹਨੇ ਕਿਹਨੇ ਜਾਣਾ ਮੈਨੂੰ, ਜੇ ਤੁਸੀਂ ਲਾਉਣਾ ਫਿਰ ਜਾਇਓ, ਜੇ ਨਹੀਂ ਲਾਉਣਾ ਜੇ ਉੱਦਾਂ ਜਾਣਾ ਤਾਂ ਵੀ ਦੱਸੋ। ਕਿੱਥੋਂ ਤੁਸੀਂ ਪਰਾਂ ਜਾਣਾ, ਕਿਸੇ ਹੋਰ ਕੇ ਪਾਸ ਘੁੰਮ ਫਿਰਨ ਜਾਣਾ ਤੁਸੀਂ ਹੈਗਾ? ਮੈਨੂੰ ਬਾਹਰ ਬਹਿਣ ਦੀ ਜਿਨਸਾਂ ਤੁਸੀਂ ਹੈ ਨਹੀਂ ਜੇ, ਹੈਂ ਨਹਾਤੇ ਨਹੀਂ ਸਕਦੇ ਨਾਲ ਨੂੰ ਦੋ ਸੋਹਣਾ ਵਾ, ਨਹੀਂ ਜਾਣਾ ਜਿੰਮ ਫਿਰ? ਬਸ ਠੀਕ ਹੈ, ਵੇਖੀ ਕਦੇ ਫੁੱਟਬਾਲ ਦੀ ਲੱਤ ਵੱਜੇ ਨਾ ਤੇ ਕੁੜੀ ਆ ਪੈਰ ਨੇ ਕਹਿਣਾ ਹਾਂ ਲੈਣ ਦੀ ਚਾਬੀ ਤੇਰੇ ਕੋਲ ਵੀ ਸੀ, ਤੂੰ ਹੀ ਮਾਰਿਆ ਉੱਤੇ ਕੌਣ ਗਿਆ ਉੱਤੇ ਉੱਥੇ? ਅੱਛਾ ਫਿਰ ਠੀਕ ਹੈ, ਫਿਰ ਮੇਰੀ ਜਿੰਮ 'ਚ ਫਿਰ ਪੁੱਛੀ ਮੇਰੇ ਖੁੱਲ੍ਹੀ ਗੱਡੀ ਤੇ ਗੱਡੀ ਖੁੱਲ੍ਹੀ ਆ ਕੀ ਆ ਤੁਹਾਨੂੰ ਉਦੋਂ ਕਿਹਾ ਭੈਣ ਚੋਂ ਤੂੰ ਥੋੜ੍ਹਾ ਖਾ ਲਓ ਤੇ ਹਾਂ ਹੁਣ ਅੱਖਾਂ 'ਚ ਨਹੀਂ ਖੁੱਲ੍ਹਣੀਆਂ ਭੈਣ ਦੇ ਯਾਰ ਨਾ ਮੈਂ ਤੁਹਾਡੀ ਚਾਬੀ ਮੇਰੇ ਕੋਲ ਚਾਬੀ ਹੈ ਹੀ ਨਹੀਂ ਆ ਮੇਰੇ ਕੋਲ ਫਲੈਟ ਦੀ ਚਾਬੀ ਆ ਜਵਾਕ ਤੁਹਾਡੇ ਚੱਕਰ ਚ ਲੱਤਾਂ ਜਾਂਦੇ ਮਰ ਜਾਂਦਾ ਬੋਲ ਮਿਲਣਾ ਉਹਨੇ ਪਾਰ ਕੱਢ ਦੇਣੀ ਇਥੋਂ ਉਹਨੇ ਕੇ ਉਹਨੇ ਖਿੱਚ ਕੇ ਮਾਰ ਉਹਨੂੰ ਕਹਿ ਤੂੰ ਨਾ ਮਾਰਦੀ ਮਾਮਾ ਬੋਲ ਨਵੀਂ ਲਿਆ ਦੇਣੀ ਪੈਣੀ ਉਹ ਸਾਲੇ ਪਹਿਲਾਂ ਬਾਹਰ ਗੱਲ ਦੀ ਮੈਂ ਤਾਂ ਮਾੜੀ ਜੀ ਵਹਿ ਗੱਲ ਹੀ ਉਹ ਮੈਂ ਤਾਂ ਸਹਿ ਸੁਭਾਅ ਕੀ ਹੈ ਕਿੰਨੇ ਬਾਹਰ ਕਿੰਨੇ ਕੱਲੀ ਬੋਲ ਕਿੰਨੇ ਕੱਲੀ ਬੰਦਾ ਵੇਖਿਆ ਕਿੰਨੇ ਕੱਲੀ ਬਾਹਰ ਕਿਹੜੇ ਬੰਦੇ ਨੇ ਕੱਲੀ ਹੈ ਆ ਲਾਲ ਵਾਲੇ ਨੇ ਕਿੰਨੇ ਜਾ ਟੱਪ ਜਾ ਦੀ ਮੰਨੇ ਹੈ ਅਸੀਂ ਧਿਆਨ ਰੱਖਦੇ ਸ਼ਾਹ ਲੈ ਗਿਆ ਚਲੋ ਚਲ ਜਾਂਦੇ ਹੌਸਲਾ ਨੀ ਹੈਗਾ
ਉਹ ਕਿੱਥੇ ਟਾਕੀ ਕਿੱਥੇ ਗੱਡੀ ਚ ਸਾਫ ਕਰ ਲਈ 2 ਮਿੰਟ ਲੱਗਣੇ ਹੁੰਦੇ ਕਿੱਥੇ ਟਾਕੀ ਕਿਹਦੇ ਟਾਕੀ ਕਿਹਦੇ ਕੋਲ ਕੇ ਗਿਆ ਉਹਨੂੰ ਉਹਨੇ ਚੱਲਦੇ ਗੱਡੀ ਸਾਫ ਤੂੰ ਜਾ ਉੱਤੇ ਮੈਂ ਗੱਡੀ ਸਾਫ ਕਰਕੇ ਆ ਗਿਆ ਆ ਜਾਓ ਫਿਰ ਆ ਗਿਆ ਮੈਂ ਜਾਓ ਤੂੰ ਚਾਬੀ ਦੇ ਉਹਨੂੰ ਦਹੀਂ ਆ ਜਾ ਮੇਰੇ ਕੋਲ ਥੋੜੀ ਜਲਦੀ ਮਿੱਤਰਾ ਪਹੁੰਚ ਗਈ ਯਾਰ ਨਹੀਂ ਫਲੈਟ ਤੇ ਗੱਲ ਇਹਦਾ ਵਾ ਕਿ ਜਿਮ ਚੱਲੀ ਟਾਈਮ ਸਿਰ ਉਹ ਭਾਈ ਬੰਦੇ ਬਾਹਰ ਤੁਸੀਂ ਪਹਿਲਾਂ ਬੂਹਾ ਬੰਦ ਕਰਤਾ ਤੇ ਹੈ ਆ ਕਟਰਾ ਲਈ ਬਾਵਾ ਤੂੰ ਹਾਂ ਭਾਈ ਓਏ ਲਾ ਦੇਣਾ ਜਿਗੜ ਜਾ ਆ ਬੰਨੇ ਲਾ ਹਾਂ ਆੜਾ ਲੈ ਗਏ ਲਫੜ ਲਾ ਦਾ ਬਸ ਠੀਕ ਹੈ ਇੱਧਰ ਗਰੀਨਟੀਆਂ ਪੀਤੀਆਂ ਜਾਣਦੀਆਂ ਵਾ ਉਹ ਕਿਤੇ ਬੱਚੇ ਆ ਕਬੂਤਰ ਦੇ ਹੋਰ ਬੰਨੇ ਦੇ ਹਾਂ ਸਾਰੇ ਸ਼ੱਕ ਮੰਨਦੇ ਹੋ ਜਾਂਦਾ ਭੈਣ ਜੋ ਹੈ ਹੋਸਪਿਟਲ ਸ਼ਿਫਟ ਕਰਤਾ ਫਲੈਟ ਦੇ ਵਿੱਚ ਚਲੀਏ ਆਪਾਂ ਨਿਕਲੀਏ ਆਪਾਂ ਬਸ ਠੀਕ ਹੈ ਮੈਂ ਵੀ ਬਹੁਤ ਵਾਲ ਕੱਟਦਾ ਮੁਹਾਲੀ ਵਾਲੇ ਜਿਮ 'ਚ ਜਾਣਾ ਵਾ ਥੋੜ੍ਹਾ ਜਿਹਾ ਬੰਦਾ ਟੋਰਸ ਕਿੰਨੀ ਲਾ ਕੇ ਜਾਵੇ ਤੇ ਕਹਿੰਦੇ ਗੱਲਾਂ ਫਿਰ ਹੀ ਹੋਣਗੀਆਂ ਹੈ ਇੱਦਾਂ ਥੋੜ੍ਹੀ ਜਾਵਾਂਗੇ ਹੈ ਸੋਹਣੇ ਸੋਹਣੇ ਬਣ ਕੇ ਜਾਵਾਂਗੇ ਏਡੀ ਗੰਦੀ ਆ ਤੇ ਉਹਨੇ ਵੱਖਰੀ ਲਿਫਟ ਚੜਦਾ ਹੁੰਦਾ ਕੀ ਇਕੱਲੇ ਨੇ ਚੜਿਆ ਸਤਾਲ ਕਰਨੀ ਨਾ ਫੋਨ ਇਕੱਲੇ ਜਾਣ 'ਚ ਕੀ ਮਜ਼ਾ ਆਉਂਦਾ ਲੈ ਬੜੀ ਲਾਲ ਪਾਈ ਦੋਵਾਂ ਨੇ ਮੈਚਿੰਗ ਕਰਕੇ ਕੀ ਚੱਕਰ ਆ ਦਾਲ 'ਚ ਕੁਝ ਕਾਲਾ ਲੱਗਦਾ ਕਿ ਦਾਲ ਹੀ ਕਾਲੀ ਆ ਜਿੱਥੇ ਮਰਜ਼ੀ ਹੱਥ ਲਾਵਾਂ ਆਪਣੇ ਤੁਸੀਂ ਮੇਰੀ ਵੀਡੀਓ ਕੈਪਚਰ ਕਰ ਨਹੀਂ ਸਕਦੇ ਜੇ ਕਰਕੇ ਉਹਨੂੰ ਦੇ ਦੋ ਮੈਂ ਪਾ ਦੂੰਗਾ ਜਾਂ ਤੁਹਾਨੂੰ ਖੁੱਲੀ ਛੁੱਟੀ ਆ ਮੈਂ ਤੁਹਾਡਾ ਵਲੌਗ ਮਤਲਬ ਕਿ ਸਾਰੇ ਦਿਨ ਦਾ ਵਲੌਗ ਬਣਾਉਂਦਾ ਵਾਂ ਤੁਸੀਂ ਮੇਰੀ ਕਲਿੱਪ ਜਿਹੜੀ ਮਰਜ਼ੀ ਕੈਚ ਕਰਕੇ ਮੈਨੂੰ ਦੇ ਦਿਓ ਕਿ ਤੈਨੂੰ ਪਾਉਣੀ ਪੈਣੀ ਤੇ ਪਾ ਦੂੰਗਾ ਜਾਓ ਠੀਕ ਮੁੱਕਰਦਾ ਨਹੀਂ ਮੈਂ ਆਟਾ ਬਾਟਾ ਆ ਗਿਆ ਜੇ ਮੁੱਕਰ ਨੂੰ ਫਿਰ ਕਿਓ ਮੈਨੂੰ ਜਾਓ ਇਹ ਸਰਪੰਚ ਤੇਰੀ ਡਿਊਟੀ ਜਾ ਜਾ ਕਰ ਲਓ ਤੁਸੀਂ ਨਹੀਂ ਕਰਦੇ ਤੁਹਾਡੀ ਗਲਤੀ ਆ ਗੱਲ ਕਰ ਲਿਓ ਚੱਲ ਕਰ ਲਿਓ ਤੁਹਾਨੂੰ ਖੁੱਲੀ ਛੁੱਟੀ ਤੁਹਾਨੂੰ ਖੁੱਲੀ ਛੁੱਟੀ ਚੱਲ ਹੋਰ ਦੱਸੋ ਲੈ ਵੀ ਮਿੱਤਰਾ ਕਹਿੰਦੇ ਸਰਪੰਚ ਸਾਹਿਬ ਜਿਮ ਸ਼ੁਰੂ ਕਰਨਗੇ ਅੱਜ ਵੇਖੋ ਇਹ ਜਿਮ ਕਿੰਨੇ ਦਿਨ ਤੱਕ ਸ਼ੁਰੂ ਹੀ ਰਹਿੰਦਾ ਵਾ ਨਹੀਂ ਨਹੀਂ ਅੱਜ ਹੋਣਾ ਅੱਜ ਸ਼ੁਰੂ ਹੋਣਾ ਵਾ ਇਹ ਮਹਾਲੀ ਕਿ ਜਿਮ ਸ਼ੁਰੂ ਹੋ ਜੇ ਲੱਗਾ ਵਾ ਪਿੰਡ ਜਾ ਕੇ ਫੇਰ ਕੀ ਹੁੰਦਾ ਵੀ ਇੱਥੇ ਜਾ ਕੇ ਸ਼ੁਰੂ ਆ ਮੈਂ ਦੱਸਣ ਦੇ ਰਿਹਾ ਕਿ 2-4 ਦਿਨ ਨੂੰ ਰੱਖਾਂਗੇ ਲਾਲਚ ਪਾਣੀ ਦੇਵਾਂਗੇ ਇਹਨੂੰ ਜਿਮ ਸ਼ੁਰੂ ਕਰਾਵਾਂਗੇ ਤੇ ਪਿੰਡ ਜਾ ਕੇ ਜੇ ਲਾਉਂਦਾ ਰਹੂਗਾ ਤੇ ਓਕੇ ਜਾਣਾ ਕੰਮ ਪੁੱਠੇ ਕਮਾਲ ਧਿਆਨ ਪਹਿਲਾਂ ਇਹਨਾਂ ਦਾ ਹੈ ਨਹੀਂ ਦੂਜੀ ਚੌਂਟੇ ਵਾਲੀ ਮੈਨੂੰ ਲੱਗਿਆ ਪਤਾ ਮੈਂ ਵੇਖ ਲਈ ਆ ਛਿਆਂਟੇ ਵਾਲੇ ਨਹੀਂ ਲੈ ਵੀ ਮਿੱਤਰਾ ਪਹੁੰਚ ਗਈ ਯਾਰ ਹੁਣ ਜਿਮ ਹੈ ਜਿਮ ਲਾਈਏ ਤਾਂ ਫਿਰ ਮੇਰੇ ਕੀ ਮਾਹੌਲ ਚੜਦਾ ਲੈ ਵੀ ਸਰਪੰਚਾਂ ਲਾ ਰਿਹਾ ਜਿਮ ਆ ਬੈਠੇ ਜੀ ਕੀ ਆਖਿਆ ਤੈਨੂੰ ਮੈਂ ਆ ਬੈਠਾ ਸੀ ਨਹੀਂ ਸਹੀ ਗੱਲ ਕਰਾ ਜਿਮ ਅਸੀਂ ਲਾ ਲਿਆ ਪਰ ਮੈਂ ਇੱਕ ਚੀਜ਼ ਵੇਖੀ ਅੱਜ ਤੇਰੇ ਵੀਰ ਨੇ ਵੇਟ ਕਰਨਾ ਲਾਇਆ ਝੂਠ ਨਾ ਬੋਲੇ ਬਹਿਜਾ ਬਹਿਜਾ ਕਰਾਈ ਕਿ ਨਹੀਂ ਕਰਾਈ ਬੁਰਾ ਫਰਕ ਪੈਂਦਾ ਮੈਂ ਹਿਸਾਬ ਲਾਇਆ ਅੱਜ ਵਿੱਚ ਨਾ ਮੋਟੀਵੇਸ਼ਨ ਬੰਦੇ ਬੁੜੀਆਂ ਚਾਹੀਦੇ ਆ ਮੇਰਾ ਨਾਮ ਤਾਂ ਦਾਦੀ ਲਾਇਆ ਪਾ ਗਿਆ ਮੈਂ ਨਹੀਂ ਕੋਈ ਗੱਲ ਕੀਤੀ ਮੈਂ ਨਹੀਂ ਗੱਲ ਕੀਤੀ ਉਦਾਂ ਗੱਲ ਕਰਦਾ ਨੋਰਮਲ ਜਿਹੜੇ ਕੁੜੀਆਂ ਮੁੰਡਿਆਂ ਵਾਲੇ ਜਿਮ ਹੁੰਦੇ ਨਾ ਜਦੋਂ ਲਾਗੇ ਵਧੀਆ ਮੋਟੀਵੇਸ਼ਨ ਬੰਦੇ ਬੰਦੇ ਕਿਹਾ ਮੈਂ ਕੋਈ ਗੱਲ ਨਹੀਂ ਕੀਤੀ ਤੇ ਉਹ ਵਧੋ ਵਧੀ ਵੇਖ ਕੇ ਉਹਨਾਂ ਨਾ ਜੀ ਕਹਿੰਦਾ ਵੇਟ ਹੋਰ ਲਾਓ ਗੇ ਹੈ ਤੇ ਮੈਂ ਅੱਜ ਉਨਾ ਵੇਟ ਲਾਇਆ ਜਿੰਨਾ ਮੈਂ ਕਦੀ ਲਾਇਆ ਨਹੀਂ ਬੈਂਚ ਪ੍ਰੈਸ ਤੇ ਕਾਹਨੂੰ ਗੱਲਾਂ ਕਰਾਤੀਆਂ ਕੰਨ ਲੱਗਦਾ ਨਿਕਲ ਗਿਆ ਸਰਪੰਚ ਨੇ ਕੈਬ ਕਰਾ ਗਏ ਸਰਪੰਚ ਨਹੀਂ ਤਾਂ ਗਈ ਮੈਨੂੰ ਦਾਲ ਚ ਕੁਝ ਕਾਲਾ ਲੱਗਣ ਡਿਆ ਜੀ ਉਹ ਚੱਲ ਗਏ ਹੋ ਬਾਕੀ ਮਰਜ਼ੀ ਭਰਾ ਤੇਰੀ ਮੈਂ ਹਰ ਕਦੇ ਆਪਣੀ ਸੋਚ ਹੁੰਦੀ ਆ ਮੈਂ ਹੁਣ ਸਿਰੇ ਨਹਾ ਧੋ ਕੇ ਡਰ ਕੇ ਆ ਜਾਂਦਾ
ਵਰਕਆਊਟ ਕਰ ਲਈ ਯਾਰਾਂ ਨੇ ਓਕੇ ਰਿਪੋਰਟ ਤੇ ਮੈਂ ਜਿਹੜੀਆਂ ਗੱਲਾਂ ਨੋਟ ਕਰਾਂ ਜ਼ਿੰਦਗੀ ਦੇ ਵਿੱਚ ਜਾਂ ਜ਼ਿੰਦਗੀ ਦੇ ਤਜਰਬੇ ਸਿੱਖੀਆਂ ਹੋਣ ਜਾਂ ਰੋਜ਼ ਡੇਲੀ ਰੀਡਿੰਗ ਦੇ ਵਿੱਚ ਵੇਖੀਆਂ ਹੋਣ ਕਿ ਜਿਹੜੀਆਂ ਗਲਤ ਇੱਦਾਂ ਨਹੀਂ ਕਰਨਾ ਚਾਹੀਦਾ ਆਪਾਂ ਇਨਸਾਨ ਆ ਆਪਾਂ ਰੱਬ ਨਹੀਂ ਹੈਗੇ ਹੈ ਨਾ ਅੱਜ ਜਿੰਮ ਦੇ ਵਿੱਚ ਪਹਿਲਾਂ ਵੀ ਨੋਟ ਕੀਤੀਆਂ ਕਿ ਜਿਹੜਾ ਨਹੀਂ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੁਣ ਕਾਲੀ ਵੀਰ ਗੁਰਦੁਆਰਾ ਸਾਹਿਬ ਗਿਆ ਮੰਨਾ ਫੋਨ 'ਤੇ ਲੱਗ ਗਿਆ ਅਤੇ ਮੈਂ ਤੂੰ ਤੁਹਾਡੇ ਨਾਲ ਗੱਲਬਾਤ ਕਰ ਲੈਂਦਾ ਕਿ ਬੰਦੇ ਨੂੰ ਕਦੀ ਵੀ ਮਾਣ ਘਰ ਨਹੀਂ ਹੁਣ ਕਰਨਾ ਚਾਹੀਦਾ ਆਪਾਂ ਇਨਸਾਨ ਹੈ ਦੂਜੇ ਇਨਸਾਨ ਨਾਲ ਦੇ ਬੰਦੇ ਦੀ ਇੱਜ਼ਤ ਕਰਨੀ ਚਾਹੀਦੀ ਆ ਅਤੇ ਅਹੁਦੇ ਸਮਝ ਲੈਂਦੇ ਆਪਣੇ ਲੋਕ ਉੱਥੇ ਜਿਹੜੇ ਮੁੰਡੇ ਸਾਫ਼ ਸਫਾਈ ਕਰਦੇ ਆ ਨਾ ਉਹਨਾਂ ਨਾਲ ਮਿਸਬਿਹੇਵ ਕਿੱਦਾਂ ਕੀਤਾ ਜਾਂਦਾ ਚੁਟਕੀਆਂ ਮਾਰ ਕੇ ਪੂਰਾ ਓਏ ਆਹ ਇੱਦਾਂ ਕਰਕੇ ਆਵਾਜ਼ ਮਾਰੀ ਜਾਂਦੀ ਆ ਕਿ ਆਹ ਜਿੱਥੇ ਜਿੱਦਾਂ ਮੰਨ ਲਿਆ ਇੱਕ ਬੰਦੇ ਨੇ ਐਕਸਰੇ ਲਾਈ ਆ ਮੁੜਕਾ ਸਾਫ਼ ਕਰਾਉਣ ਲਈ ਇਹਨੂੰ ਚੁਟਕੀ ਮਾਰੀ ਜਾਂਦੀ ਆ ਇੱਦਾਂ ਕਰਕੇ ਉਹ ਵੇਖ ਬੜਾ ਮੈਨੂੰ ਜਦੋਂ ਮੈਂ ਵੇਖਦਾ ਨਾ ਇਹੋ ਚੀਜ਼ਾਂ ਮੈਨੂੰ ਬੜਾ ਗਲਤ ਲੱਗਦਾ ਕਿ ਯਾਰ ਉਹ ਵੀ ਬੰਦੇ ਹੀ ਆਪਣੇ ਵਰਗੇ ਵਿਚਾਰੇ ਉਹਨਾਂ ਨੂੰ ਪਿਆਰ ਨਾਲ ਆਵਾਜ਼ ਮਾਰ ਲਓ ਕਿ ਬਾਈ ਗੱਲ ਸੁਣੀ ਯਾਰ ਜੋ ਸਾਫ਼ ਸਫਾਈ ਕਰਨ ਦੇ ਉਹਨਾਂ ਦੇ ਕਰਮ ਆ ਵਿਚਾਰਿਆਂ ਦੇ ਹੈ ਨਾ ਜਦੋਂ ਆਪਾਂ ਕਿਤੇ ਵਿਆਹ ਸ਼ਾਦੀਆਂ ਜਾਂਦੇ ਹਾਂ ਉੱਥੇ ਵੇਟਰਾਂ ਦੇ ਨਾਲ ਕਿੰਨੀ ਗਲਤ ਤਰੀਕੇ ਨਾਲ ਆਵਾਜ਼ ਮਾਰੀ ਜਾਂਦੀ ਉਹ ਗੱਲ ਸੁਣ ਮਤਲਬ ਕਿ ਇਹ ਚੀਜ਼ਾਂ ਯਾਰ ਮੈਨੂੰ ਬੜੀਆਂ ਗਲਤ ਲੱਗਦੀਆਂ ਮੈਂ ਕਦੀ ਨਹੀਂ ਇੱਦਾਂ ਕੀਤਾ ਜ਼ਿੰਦਗੀ ਦੇ ਵਿੱਚ ਨਾ ਕਿ ਆਪਾਂ ਆਪਣੇ ਕੋਲ ਪੈਸਾ ਆ ਜਾਂਦਾ ਆਪਣਾ ਮਾਣ ਹੰਕਾਰ ਵੱਧ ਜਾਂਦਾ ਹੈ ਨਾ ਅਤੇ ਆਪਾਂ ਰੱਬ ਨੂੰ ਭੁੱਲ ਜਾਂਦੇ ਜਿਹੜੇ ਆਪਣੇ ਉਹ ਵੀ ਇਨਸਾਨ ਆ ਨਾ ਆਪਾਂ ਉਹਨਾਂ ਨੂੰ ਕਹਿੰਦਾ ਨੀਵਾਂ ਸਮਝਣ ਡੈ ਪੈਂਦੇ ਹੈ ਨਾ ਚੁਟਕੀਆਂ ਦੀ ਆਵਾਜ਼ ਮਾਰਦੇ ਹਾਂ ਅਤੇ ਮੈਂ ਸਭ ਤੋਂ ਫੁੱਦੂ ਬੰਦੇ ਇਹੋ ਜਿਹੇ ਬੰਦੇ ਨੂੰ ਸਮਝਦਾ ਕਿ ਜਿਹੜੇ ਆਪਣੇ ਇਨਸਾਨਾਂ ਨੂੰ ਨੀਵਾਂ ਸਮਝਦੇ ਹੈ ਨਾ ਆਪਣੇ ਆਪਣਾ ਲੈਵਲ ਉੱਚਾ ਸਮਝਦੇ ਲੈਵਲ ਕੁਝ ਵੀ ਨਹੀਂ ਹੁੰਦਾ ਮਿੱਟੀ ਆ ਸਰੀਰ ਮਿੰਟ 'ਚ ਦਿਲ ਆ ਪਤਾ ਨਹੀਂ ਸਾਲੀ ਧੜਕਣ ਕਦੋਂ ਬੰਦ ਹੋ ਜਾਣੀ ਆ ਉਹ ਜਿਹੜਾ ਬੰਦਾ ਇਹਦਾ ਚੁਟਕੀਆਂ ਮਾਰ ਕੇ ਬੁਲਾਉਣ ਡਿਆ ਵਾ ਕੀ ਤਾਂ ਉਹਦਾ ਦੂਜਾ ਹਿੱਸਾ ਹੋਣਾ ਕਿ ਨਹੀਂ ਆਉਣਾ ਉਹ ਬੰਦੇ ਨੂੰ ਇਹ ਚੀਜ਼ ਸੋਚਣੀ ਚਾਹੀਦੀ ਯਾਰ ਬਸ ਸ਼ੁਕਰਾਂ ਬਸ ਰੱਬ ਰੱਬ ਹੀ ਕਰੇ ਬੰਦਾ ਪਤਾ ਨਹੀਂ ਕਿਹੜਾ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਅਤੇ ਮੈਂ ਸੋਚਦਾ ਨਾ ਕਿ ਕਿਹੜੀ ਚੀਜ਼ ਦਾ ਮਨ ਗੱਚ ਕੀ ਫਿਰਦੇ ਹਾਂ ਆਪਾਂ ਹੈ ਨਾ ਯਾਰ ਮੈਂ ਜ਼ਿੰਦਗੀ 'ਚ ਨਹੀਂ ਕਦੇ ਇੱਦਾਂ ਕੀਤਾ ਪਰ ਜਿਹੜੇ ਬੰਦੇ ਇੱਦਾਂ ਕਰਦੇ ਵੀ ਇਹਨਾਂ ਦਾ ਮੈਂ ਸੋਚਦਾ ਨਾ ਕਿ ਯਾਰ ਇਹਨਾਂ ਦੇ ਮਨ 'ਚ ਕਿੰਨਾ ਇਹਨਾਂ ਦਾ ਮਾਣ ਘਰ ਇਹਨਾਂ ਦਾ ਵਧੀਆ ਪਿਆ ਹੋਊਗਾ ਹੈ ਨਾ ਕਿ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਾਲੇ ਹੈ ਨਾ ਜਿਹੜੇ ਭਰਾ ਮੇਰੇ ਵਲੌਗ ਪੈਂਦੇ ਆ ਇਹੋ ਜਿਹਾ ਕੰਮ ਤੂੰ ਹੀ ਨਹੀਂ ਕਦੀ ਕਰਨਾ ਹੈ ਨਾ ਇਨਸਾਨ ਆ ਇਨਸਾਨੀਅਤ ਰੱਖੋ ਆਪਣੇ ਤੋਂ ਨੀਵਾਂ ਕਿਸੇ ਨੂੰ ਨਾ ਸਮਝੋ ਆਪਣੇ ਤੋਂ ਜੇਕਰ ਤੁਹਾਨੂੰ ਵੇਖਣ 'ਚ ਲੱਗਦਾ ਨਾ ਕੋਈ ਲੋਕਾਂ ਦੀ ਨਿਗਾਹ 'ਚ ਕੋਈ ਨੀਵਾਂ ਵਾ ਉਹਨੂੰ ਆਪਣੇ ਤੋਂ ਉੱਚਾ ਸਮਝੋ ਕਿ ਨਹੀਂ ਬਈ ਮੈਂ ਇਹ ਤੋਂ ਨੀਵਾਂ ਵਾਂ ਇਹ ਮੇਰੇ ਤੋਂ ਵੱਡਾ ਆ ਹੈ ਨਾ ਹਰ ਇੱਕ ਨੂੰ ਆਪਣੇ ਤੋਂ ਵੱਡਾ ਅਹੁਦਾ ਦੇ ਕੇ ਰੱਖੂਗਾ ਆਪ ਨੀਵੇਂ ਹੋ ਗਏ ਰਹੋ ਵਧੀਆ ਹੈ ਨਾ ਜਿਹੜੇ ਮੇਰੇ ਭਰਾ ਮੇਰੇ ਵਲੌਗ ਵੇਖਦੇ ਆ ਪਿਆਰ ਕਰਦੇ ਜੇ ਇਹ ਚੀਜ਼ਾਂ ਜ਼ਰੂਰ ਕਰਨੀਆਂ ਤੁਸੀਂ ਲੈ ਬਈ ਮਿੱਤਰਾ ਚਲੀਏ ਕੁਝ ਖਾਈਏ ਪੀਏ ਅਤੇ ਆਹ ਗੱਡੀ ਦੀ ਇੱਕ ਖਾਸ ਸੀ ਅਤੇ ਜਿਹੜੀ ਸੀਟ 'ਤੇ ਬੈਠੇ ਉਹ ਸੀਟ ਦੀ ਸੀਟ ਬੈਲਟ ਲਾਉਣੀ ਪਊਣੀ ਅਤੇ ਇਹਨੇ ਆਵਾਜ਼ ਦੇਣ ਨੂੰ ਨਹੀਂ ਹਟਣਾ ਇੰਨੀ ਇਹ ਹੈਗੀ ਆ ਦੂਜੀ ਰੂਲਾਂ ਵਾਲੀ ਗੱਡੀ ਆ ਨਾ ਮੈਂ ਨਾ ਇੱਕ ਮੈਂ ਵੀਡੀਓ ਦੇਖੀ ਅੱਜ ਜਿਹਨੇ ਸੀਟ ਬੈਲਟ ਲਾਈ ਜਦੋਂ ਗੱਡੀ ਬਣਾ ਭਰ ਹੁੰਦੀ ਤਾਂ ਬੜੇ ਬੰਦੇ ਪਲਟਦੇ ਬਾਹਰ ਭੇਜੀ ਨਾ ਮੈਂ ਛੱਤਾਂ ਜਾਣੀ ਦੀ ਖੋਲ ਦੀਆਂ ਬਾਅਦ ਲੈ ਵੀ ਮਤਲਬ ਡਾਈਟਾਂ ਸ਼ਾਈਟਾਂ ਲੈ ਲਈਆਂ ਮੁੰਡਿਆਂ ਨੇ ਬੰਦੇ ਅੱਜ ਥੱਕ ਜਾਂਦੇ ਗਏ ਤੇ ਫਲੈਟ ਨੂੰ ਭੱਜਣ ਡੇ ਤੇ ਪਰ ਮੈਂ ਫਲੈਟ ਜਾਣ ਨਹੀਂ ਦੇਣੇ ਅਜੇ ਤੇ ਕਾਫੀ ਜ਼ਿਆਦਾ ਪੀਵਾਂਗੇ ਬਾਈ ਅਸਲ 'ਚ ਨਾ ਸਾਡੇ ਬੰਦਿਆਂ ਨੂੰ ਨਾ ਚੀਜ਼ਾਂ ਦੇ ਨਾਂ ਲੈਣੇ ਨਹੀਂ ਆਉਂਦੇ ਦੇਖ ਕੇ ਦੱਸੀਦਾ ਕਿ ਆਹ ਚੀਜ਼ ਕਰ ਦਿਓ ਹੁਣ ਬੰਦਾ ਬਸ ਉਹ ਬੰਦਾ ਭੇਜਿਆ ਨਾ ਗਿਰੀਆਂ ਪਈ ਤਾਂ ਹੋਰ ਕੇ ਜਗਰ 'ਚ ਨਾ ਪਾਈਆਂ ਹੁੰਦੀਆਂ ਉਹ ਵੀ ਭੇਜ ਦੇਣਾ 500 ਰੁਪਏ ਰੇਟ ਹੀ ਭੁੱਲਰਾ ਦਾ ਆਪਣੇ ਆਪਾਂ ਨੂੰ ਰੇਟ ਪੂਰਾ ਨਹੀਂ ਮਿਲਦਾ ਜਦੋਂ ਅਸੀਂ ਕਿਤੇ ਕਿਸੇ ਚੀਜ਼ ਦਾ ਰੇਟ ਮੰਗ ਲਈ ਤੇ ਫਿਰ ਬੰਦੇ ਠਾਹ ਡੇ ਪੈਂਦੇ ਜਾ 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 ਵੇਲਾ ਜਿਹੜਾ ਰੇਟ ਘੱਟ ਹੋ ਕਹਿੰਦੇ ਦੋ ਭਾਵੇਂ ਹੈ ਸਿੱਧੀ ਗੱਲਬਾਤ ਕਿਹੜੇ ਆਹ ਵਾਲੇ ਮਾਲਕਣਾ ਕੁੱਤੇ ਵਾਲੇ ਮਾਲਕਣਾ ਇੱਥੇ ਜਿਹੜੇ ਹੁੰਦੇ ਕੋਈ ਨੀ ਫਿਰ ਵੇਖ ਲਓ ਆਪਣੇ ਹਿਸਾਬ ਨਾਲ ਵੇਖ ਲਓ ਆਪਣੇ ਹਿਸਾਬ ਨਾਲ ਇਹ ਤਾਂ ਆਪਣਾ ਸਿੱਧੀ ਗੱਲਬਾਤ ਹੈਗੀ ਆ ਇਹਦੇ ਹੈਗੀ ਕਿ ਨਹੀਂ ਹੈਗੀ ਜਿਹੜੀ ਚੀਜ਼ ਕਦੀ ਸੋਚੀ ਨੀ ਉਹ ਦਿੱਤੀ ਰੱਬ ਨੇ ਪਰਮਾਤਮਾ ਨੇ ਮਿਹਨਤ ਦਾ ਫਲ ਦਿੱਤਾ ਯਾਰ
ਇੱਥੇ ਬਹਿਣ ਜੋਗੀਆਂ ਹੋਈਆਂ ਕੋਈ ਪਰਵਾਹ ਨਹੀਂ। ਆਪਣੇ ਦਵਾਈ ਲੈਣ ਗਿਆ ਬੜਾ ਨਿੱਕਾ ਹੁੰਦਾ ਸੀ ਉਦੋਂ ਮੈਂ। ਹਾਂਜੀ ਕਰੀ ਰਿਪੀਟ ਆਰਡਰ। ਉਹ ਮੁੰਡਾ ਗਿਆ ਮੈਡਮ ਰੈਡ ਸ਼ਰਟ ਗੱਲ ਤੇ ਪਿੱਛੇ ਰਹਿ ਗਈ ਗੱਲ ਕੋਈ ਨੀ ਫੇਰ ਦੱਸ ਦਿੰਦੇ ਆ। ਬੈਠੇ ਦਵਾਈ ਲੈਣ ਦੇ ਹੋਸਪਿਟਲ ਦੇ ਬਾਹਰ ਤੇ ਸਾਹਮਣੇ ਇੱਦਾਂ ਕਾਫੀ ਵਾਲੇ ਕੈਫੇ ਜੇ ਬਣੇ ਅੰਮ੍ਰਿਤਸਰ। ਮੇਰੀ ਮਾਸੀ ਕਹਿੰਦੀ ਆਪਾਂ ਨਾ ਗਈ ਇੱਥੇ ਬਹਿ ਕੇ ਕਾਫੀ ਪੀਵਾਂ ਜਿੱਦਾਂ ਉਹ ਲੋਕ ਪੀਣ ਡੇ ਤੇ ਹੁਣ ਮੈਂ ਜਦੋਂ ਬੈਠਾ ਮਤਲਬ ਮੈਨੂੰ ਉਹ ਗੱਲ ਚੇਤੇ ਆਉਂਦੀ ਹੀ ਆਉਂਦੀ। ਮਾਸੀ ਦੀ ਗੱਲ ਕਰਦਾ ਹੋਏਗਾ ਮੈਨੂੰ ਆਪਣਾ ਤੇ ਪਤਾ ਨਹੀਂ, ਚਲੋ ਆਪਣਾ ਵੀ ਮਹਾਰਾਜ ਦੀ ਕਿਰਪਾ ਰਹੀ ਆ ਪਰ ਵੀਰੇ ਆਪਾਂ ਉਦੋਂ ਵੀ ਪੀ ਸਕਦੇ। ਪਰ ਨਹੀਂ ਮੈਂ ਬੜਾ ਛੋਟਾ ਹੈ ਗੁਰੂ, ਇਹਨਾਂ ਕੈਫਿਆਂ ਦੇ ਵੇਖ ਕੇ ਡਰ ਲੱਗਦਾ ਹੁੰਦਾ ਕਿ ਪਤਾ ਨਹੀਂ ਕੀ ਕਿੰਨਾ ਰੇਟ ਹੋਣਾ। ਰੇਟ ਤਾਂ ਨਹੀਂ ਪਤਾ ਸੀ, ਮੈਂ 300 ਰੁਪਏ ਬੜਾ ਹੁੰਦਾ ਸੀ ਉਦੋਂ ਸਾਲਿਆ 16-15-16 ਚ ਐਕਸੂ ਮੈਂ 300 ਰੁਪਏ ਦੀ ਲਗਾਉਂਦਾ ਰਿਹਾ ਵਾ। 15-20 ਦਿਨ ਪਹਿਲਾਂ ਦੀ ਗੱਲ ਹੈ, ਅਸੀਂ ਮੈਨੂੰ ਲੱਗਦਾ 16-17 ਜਾਣੇ ਹੋਣੇ ਆ ਤੇ ਇੱਥੇ CBT ਦੇ ਬਾਹਰ 16-17 ਜਾਣੇ ਹੋਣਗੇ। ਮੰਡ ਮੈਨੂੰ ਕਹਿੰਦਾ ਕੁਦਰਾ ਕਾਫੀ ਪਿਆ ਦੇ ਨਿੱਕ ਬੇਕਰ ਨੂੰ ਕਹਿੰਦਾ 15 ਕਾਫੀ ਪਿਆ ਦੇ। ਮੈਂ ਮੰਡ ਦੇ ਉੱਤੋਂ ਐਂ ਕਰਕੇ ਆਖਿਆ ਮੈਂ ਕਿਹਾ ਇਕੱਲੇ ਨੂੰ ਹੀ ਇੰਨੇ ਬੰਦੇ ਨੂੰ ਨੀ ਪਤਾ ਖਾਣਾ ਇਕੱਲੇ ਨੂੰ ਪਿਆ ਦੇਣਾ। ਲੈ ਵੀ ਮਿੱਤਰਾ ਕੰਮ ਕਾਫੀ ਕਾਫੀ ਹੋ ਗਿਆ ਜਿਹੜੇ ਬੰਦਾ ਸਾਡਾ ਚਲ ਗਿਆ ਬਾਹਰ ਕਿਉਂ ਮੰਨਿਆ ਉਹਦੀ ਵਾਹ ਪੇਸ਼ ਨਹੀਂ ਹੈਗੀ ਇਸ ਲਈ ਵੱਧ ਜਾ ਰਹੀ ਸੀ ਇਹਨੂੰ ਲਾਉਂਦਾ ਜਿਵੇਂ ਛੱਡਦਾ ਟਾਈਮ ਸਰੀਰ ਵਾਸਤੇ ਟਾਈਮ ਕੱਢਣਾ ਚਾਹੀਦਾ ਬੰਦੇ ਨੂੰ ਮੈਨੂੰ ਕਿਸੇ ਬੰਦੇ ਦੀ ਐਗਜ਼ਾਮਪਲ ਦਿੱਤੀ ਸੀ ਕਿ ਉਹ ਬੰਦਾ ਜਿਮ ਲਾਉਂਦਾ ਵਾ ਟਾਈਮ ਕੱਢ ਕੇ ਪਰ ਉਹ ਬੰਦੇ ਨੇ ਸਿਰਫ ਸਰੀਰ ਹੀ ਬਣਾਇਆ ਕੰਮ ਨੀ ਕਰਦਾ ਪਹਿਲ ਕੰਮ ਜੇ ਕੰਮ ਨੂੰ ਪਹਿਲ ਆ ਚੱਲ ਮੈਂ ਉਹਦੀ ਉਹ ਵੀਰ ਦੀ ਆਪਣੀ ਥਿੰਕਿੰਗ ਆ ਜੇ ਸਰੀਰ ਹੀ ਮਿੱਟੀ ਹੋ ਗਿਆ ਤਾਂ ਕੰਮ ਕਿੱਥੋਂ ਕਰੇਗਾ ਜੇ ਹੋ ਗਿਆ ਜੇ ਤੇਰੇ ਸਰੀਰ ਦੇ ਪੱਲੇ ਕੁਛ ਨੀ ਤੂੰ ਤੁਰ ਨੀ ਫਿਰ ਨਹੀਂ ਸਕਦਾ ਜੇ ਤੂੰ ਡਾਇਟ ਨਹੀਂ ਖਾਏਗਾ ਤੂੰ ਕੰਮ ਨੂੰ ਪਹਿਲ ਦੇ ਦਿੱਤੀ ਜੇ ਵਰਜਿਸ਼ ਨਾ ਕਰੇਗਾ ਸਾਗਰ ਕਹਿੰਦਾ ਸਪੋਰਟ ਤਾਂ ਉਹ ਤੇ ਗੱਲ ਹੈ ਨਾ ਇਹੋ ਤੇ ਗੱਲ ਆ ਕਿ ਜੇ ਸਰੀਰ ਤੇਰਾ ਮਿੱਟੀ ਹੋ ਗਿਆ ਫਿਰ ਕੰਮ ਨਹੀਂ ਕਰੇਗਾ ਇੱਕ ਵਿਹਲੇ ਬੰਦੇ ਦਾ ਮਿੱਟੀ ਹੁੰਦਾ ਤੇ ਇੱਕ ਜਿਹੜਾ ਨਹੀਂ ਖਾਂਦਾ ਉਹ ਮੈਂ ਮੰਨਦਾ ਤੇਰੀ ਗੱਲ ਖਾਈ ਜਾਂਦੇ ਤਾਂ ਵਰਜਿਸ਼ ਤੁਸੀਂ ਚੱਲ ਕੰਮ ਧੰਦਾ ਨਾਲ ਕਰੀ ਜਾਂਦੇ ਜੇ ਤੁਸੀਂ ਵਰਜਿਸ਼ ਨਹੀਂ ਕਰੋਗੇ ਤੇ ਕੰਮ ਕਿੱਥੋਂ ਕਰ ਲਓਗੇ ਇੱਕ ਸਿਫਤ ਹੈਗੀ ਆ ਸੱਜਣ ਮਿੱਤਰ ਮਿਲ ਗਏ ਸੀ ਤੇ ਕਾਫੀ ਪੀਂਦੇ ਪੀਂਦੇ ਇੱਕ ਸੱਜਣ ਦੋ ਸੱਜਣ ਕਰਦੇ ਕਰਦੇ ਕਾਫੀ ਸੱਜਣ ਮਿਲ ਪਏ ਤੇ ਅਸੀਂ ਵਿਚਾਲੇ 12 ਇੱਥੇ ਹੀ 12:07 ਹੋ ਗਏ ਆ ਸੱਜਣ ਹੁਣ ਨਿਕਲ ਲੱਗੇ ਆ ਹੁਣ ਨੀਂਦ ਇੰਨੀ ਕੁ ਜ਼ਿਆਦਾ ਆਉਣ ਡਈ ਆ ਤੇ ਹੁਣ ਜਾ ਕੇ ਬਸ ਟੇਢੇ ਹੀ ਉੱਤਰਾ ਪਹੁੰਚ ਗਏ ਯਾਰ ਹੁਣੀ ਫਲੈਟ ਸੋਈਏ ਕਾਲੀ ਵੀਰ ਅੱਜ ਨਾ ਸਾਡੀ ਗੈਂਗ ਜਿਹੜੀ ਸਾਡੀ ਦਗਾ ਕਰ ਗਈ ਸਾਡੇ ਨਾਲ ਗੈਂਗ ਸਾਡੀ ਕੁੜੀ ਆਈ ਬਾਸ਼ੀ ਕਰਨ ਗਈ ਆ ਛੱਬਲ ਗਿਆ ਕਿਤੇ ਛੱਬਲ ਫਿਰ ਨਿਕਲੀ ਹੋ ਮੈਨੂੰ ਕੁੜੀ ਆਏ ਗਏ ਕਿਤੇ ਕਿਤੇ ਲਾਮਾ ਨਾ ਜੇ ਕਿਤੇ ਹੈਂ ਬਾਸ਼ੀ ਕਰਨ ਗਏ ਕਿਸੇ ਪਾਸੇ ਤੇ ਪੱਕਾ ਆ ਉੱਥੇ ਅਸੀਂ ਬੈਠੇ ਸੀ ਡਬਲ ਸ਼ੋਟ ਮੰਨਾ ਉੱਥੋਂ ਗੋਲੀ ਨੂੰ ਗਿਆ ਕਹਿੰਦਾ ਮੈਂ ਕੈਬ ਤੇ ਚੱਲ ਜਾਣਾ ਪਹਿਲਾਂ ਥਾਲਾ ਪਲਾ ਕਹਿੰਦਾ ਆਂਦਾ ਬੰਦੇ ਆਪਣੇ ਆਖਦੇ ਆ ਬਾਹਰ ਘੁੰਮਣ ਜਾਣਾ ਬੰਦੇ ਆਪਣੇ ਉਹ ਨਹੀਂ ਕਹਿੰਦੇ ਆ ਵੀ ਮੈਂ ਵੀ ਜਾਣਾ ਵਾ ਇਹ ਵੀ ਨਾਲ ਹੀ ਮੰਨਾ ਗੋਲੀ ਨੂੰ ਗਏ ਉੱਥੋਂ ਦਿਖੇ ਨੀ ਮੈਂ ਤੇ ਕਾਲੀ ਵੀਰ ਬੈਠੇ ਰਹਿ ਗਏ ਅਸੀਂ ਵੇਖੀ ਮੰਨਾ ਕਿੱਥੇ ਆ ਤੇ ਮੰਨੇ ਹੋਣੀ ਟਿੱਡੀਆਂ ਹੁਣ ਫਲੈਟ ਜਾ ਕੇ ਵਿਹਨੇ ਕਿ ਬੰਦੇ ਹੈਗੇ ਕਿ ਨਹੀਂ ਹੈਗੇ ਜੇ ਨਹੀਂ ਹੋਏ ਤੇ ਸਮਝ ਲਓ ਬਾਸ਼ੀ ਕਰਨ ਨਿਕਲ ਗਏ ਜੇ ਕਿਤੇ ਇਹ ਨੀ ਜੇ ਲੱਭਦੇ ਹਾਂ ਤੋਂ ਉੱਡ ਗਈ
ਇਹਦੇ ਬੰਦੇ ਸਾਡਾ ਜਾਣੂ ਜੀ ਨਹੀਂ ਕਰਨ ਡਿਆ ਨਾ ਜਾਈ ਭਾਈ ਕਾਲੀ ਵੀਰ ਦਾ ਜੀ ਲੱਗ ਗਿਆ ਕਾਲੀ ਵੀਰ ਵੀ ਕਹਿੰਦਾ ਮੈਂ ਨੀ ਜੀ ਜਾਣਾ ਲੈ ਵੀ ਮੈਂ ਤੇਰਾ ਸ਼ਬਲ ਗੈਂਗ ਨਹੀਂ ਜੀ ਹੈਗੀ ਫਲੈਟ 'ਚ ਸ਼ਬਲ ਗੈਂਗ ਨਿਕਲੀ ਜੀ ਕਿਸੇ ਪਾਸੇ ਹੈ ਮੈਨੂੰ ਗੱਲਾਂ ਕਰਾਈ ਜਾਂਦੇ ਬੰਦੇ ਹੈ ਨਹੀਂ ਜੇ ਗਏ ਜੀ ਕਿਤੇ ਗਏ ਜੀ ਹੈ ਇਹ ਨਹੀਂ ਅੱਜ ਆਉਂਦੇ ਅਸੀਂ ਤਾਂ ਮਾਰ ਲਿਆ ਵੀਰ ਗੇਟ ਜੇ ਆ ਵੀ ਗਏ ਤਾਂ ਇਹ ਸੌਣਗੇ ਬਾਹਰ ਹੀ ਹੈ ਅਤੇ ਆਪਾਂ ਪਈਏ ਕਿਉਂਕਿ ਜਿਹੜਾ ਕੱਲ੍ਹ ਵਾਲਾ ਵਲੋਗ ਬਣਾਉਣਾ ਨਾ ਥੋੜ੍ਹਾ ਡਿਫਰੈਂਟ ਕਰਕੇ ਵੇਖਣਾ ਹੈ ਨਾ ਕਿ ਛੋਟੀ ਟਾਈਮਿੰਗ ਦਾ ਵੇਖੀਏ ਪਾ ਕੇ ਇੱਕ ਅੱਧਾ ਫਿਰ ਤੁਹਾਡੇ ਕਮੈਂਟ ਪੜਾਂਗੇ ਕਿਤੇ ਆਉਂਦਾ ਸਵਾਦ ਕਿ ਨਹੀਂ ਆਉਂਦਾ ਹੈ ਵੱਡੇ ਵਲੋਗ ਬਣਾਉਂਦੇ ਟਾਈਮ ਬੜਾ ਲੱਗਦਾ ਗੁਰੂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਲ੍ਹ ਥੋੜ੍ਹਾ ਵਲੋਗ ਛੋਟਾ ਬਣਾ ਕੇ ਵੇਖਾਂਗੇ ਕਿਹਾ ਹਜੇ ਵੇਖਾਂਗੇ ਪਹਿਲਾਂ ਵਿੱਚ ਕਈ ਸੋਚਣ ਡਿਆ ਵੀ ਕਿੰਨਾ ਹੀ ਢਿੱਲੋ ਵੀਰ ਮਜ਼ਾ ਨਹੀਂ ਆਉਣਾ ਸਾਨੂੰ ਚਲੋ ਵੇਖੀ ਕਰਕੇ ਵੇਖਣਾ ਚਾਹੀਦਾ ਵੀ ਮਿੱਤਰੋ ਫਿਰ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਅਤੇ ਵੇਖੋ ਸਵੇਰੇ ਕੀ ਵਲੋਗ ਬਣਦਾ ਵਾ ਇਹ ਤਾਂ ਬੰਦੇ ਸਾਡੇ ਕਹਿਣ ਡੇ ਕਿ ਦੇਖਦੇ ਜਾਣਾ ਵਾ ਹੈ ਨਾ ਮੈਂ ਹੋਰ ਪਲੈਨ ਸੋਚਿਆ ਹੁਣ ਵੇਖੋ ਕਿ ਸਵੇਰੇ ਕਿਹਨਾਂ ਦੇ ਪਲੈਨ ਦੇ ਹਿਸਾਬ ਨਾਲ ਵਲੋਗ ਬਣਦਾ ਹੈ ਨਾ ਮੈਂ ਲੇਕ ਵਾਲਾ ਦੋ ਚਾਰ ਦਿਨ ਰੁਕ ਕੇ ਕੱਢ ਦਾਂਗੇ ਸਵੇਰੇ ਮੈਂ ਕੋਈ ਹੋਰ ਚੀਜ਼ ਸੋਚੀ ਆ ਮੈਂ ਉਹ ਕਰੀਏ ਬਾਕੀ ਵਿਹਨੇ ਹਾਂ ਜੀ ਤਾਂ ਨਹੀਂ ਦੱਸਣ ਡਿਆ ਮੈਂ ਜੇ ਤੁਹਾਨੂੰ ਪਹਿਲਾਂ ਦੱਸਦਾ ਜੇ ਦੋਵਾਂ 'ਚ ਕੋਈ ਵਲੋਗ ਨਾ ਬਣਿਆ ਤੂੰ ਕਹਿੰਦਾ ਯਾਰ ਰਾਤ ਇਹ ਗੱਲ ਕਹਿਣ ਡੇ ਕਿਉਂਕਿ ਆਪਾਂ ਪਿਛਲੇ ਹਫ਼ਤੇ ਟੋਜ ਵਾਲੀ ਗੱਲ ਕੀਤੀ ਸੀ ਤਾਂ ਉਸ ਦਿਨ ਬਾਅਦ ਸ਼ੇਰੇ ਵਾਲਾ ਮਾਮਾ ਆਇਆ ਮਾਮੇ ਵਾਲਾ ਸ਼ੇਰ ਆਇਆ ਪਿੰਡ ਅਤੇ ਉਹ ਨਾਲ ਹੀ ਲੈ ਗਿਆ ਪਿੰਡ ਨੂੰ ਬਾਅਦ 'ਚੋਂ ਚਲੋ ਉਹਦੇ ਪਿੰਡ ਵਿੱਚ ਚੰਗੀ ਰੌਣਕ ਲੱਗੀ ਹੈ ਨਾ ਬੜਾ ਫੰਕਸ਼ਨ ਹੋਇਆ ਬੜਾ ਉਹ ਵਲੋਗ ਸਾਰੇ ਭਰਾਵਾਂ ਨੇ ਪਸੰਦ ਕੀਤਾ ਅਤੇ ਬਾਕੀ ਵੇਖਦੇ ਹਾਂ ਅਤੇ ਬਾਕੀ ਜਾਂਦੇ ਜਾਂਦੇ ਹੁਣ ਤੁਸੀਂ ਭੱਜਣ ਦੀ ਤਿਆਰੀ 'ਚ ਜੇ ਜਾਂਦੇ ਜਾਂਦੇ ਘੈਂਟ ਜੇ ਕਮੈਂਟ ਇੱਕ ਲਾਈਕ ਦੇ ਬਣਦਾ ਹੈ ਨਾ ਇੰਨਾ ਕੰਮ ਕਰਦੇ ਕਰੋ ਜਿਹੜੇ ਭਰਾ ਵਲੋਗ ਵੇਖਦੇ ਆ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਹ ਕਰ ਲਓ ਅਸੀਂ ਕਰ ਕਰਕੇ ਪੁੱਛਦੇ ਰਹਿੰਦੇ ਬਾਈ ਵਲੋਗ ਕਦੋਂ ਆਉਣਾ ਕਦੋਂ ਆਉਣਾ ਅਤੇ ਇਹ ਕਰਕੇ ਆਪਾਂ ਟਾਈਮ 12 ਵਜੇ ਦਾ ਕਰਤਾ ਅਤੇ ਸੋ ਮੇਰੀ ਜਾਣ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਅਤੇ ਸਨੈਪਚੈਟ 'ਤੇ ਇੱਕ ਅੱਜ ਕਮੈਂਟ ਵੀ ਆਇਆ ਕਹਿੰਦਾ ਬਈ ਇੱਥੇ ਜ਼ਿਆਦਾ ਵਲੋਗ ਤੁਸੀਂ ਸਨੈਪਚੈਟ 'ਤੇ ਵੇਖ ਲਈ ਤਾਂ ਸਹੀ ਗੱਲ ਹੈ ਜਾਣ ਮੇਰੀ ਉੱਥੇ ਸਟੋਰੀਆਂ ਦਾ ਤਾਂ ਗਾਹ ਪਾ ਛੱਡੀ ਦਾ ਚੰਗੀ ਸਟੋਰੀ ਅਪਲੋਡ ਕਰ ਛੱਡੀ ਦੀ ਉੱਥੇ ਵੀ ਸਨੈਪਚੈਟ 'ਤੇ ਵੀ ਹੈ ਨਾ ਕਿਉਂਕਿ ਉੱਥੇ ਜਿਹੜੀ ਜੀ ਕਰਨ ਡੇ ਦਾ ਵਲੋਗ ਬਣਾਉਣ ਡੇ ਆ ਅਤੇ ਵਲੋਗ ਬਣਾਉਂਦੇ ਬਣਾਉਂਦੇ ਕੁਝ ਕਲਿੱਪਾਂ ਜਿਹੜੀਆਂ ਮੰਨ ਲਾ ਸਨੈਪਚੈਟ 'ਤੇ ਆਪਾਂ ਸਨੈਪਚੈਟ ਖੋਲ੍ਹੀ ਆ ਉਹ ਕਲਿੱਪਾਂ ਲੈ ਕੇ ਉਹ ਸਨੈਪਚੈਟ 'ਤੇ ਪਾ ਦਿੱਤੀਆਂ ਵਲੋਗ 'ਚ ਵੀ ਉਹ ਕਲਿੱਪਾਂ ਨਹੀਂ ਹੁੰਦੀਆਂ ਕਈ ਕਲਿੱਪਾਂ ਇਹੋ ਜਿਹੀਆਂ ਵਾ ਉਹ ਸਨੈਪਚੈਟ 'ਤੇ ਹੁੰਦੀਆਂ ਵਾ ਅਤੇ ਤਾਂ ਕਰਕੇ ਤੁਹਾਨੂੰ ਕਿਹਾ ਉੱਧਰ ਗੇੜਾ ਮਾਰਿਆ ਕਰੋ ਸਨੈਪਚੈਟ 'ਤੇ ਇੰਸਟਾ ਦੀ ਆਈਡੀਆ ਸਕਰੀਨਸ਼ੋਟ ਵਲੋਗ ਦੀ ਐਂਡਿੰਗ 'ਚ ਹੈਗਾ ਅਤੇ ਉੱਥੇ ਵੀ ਫੋਲੋ ਕਰ ਸਕਦੇ ਜਾਣ ਮੇਰੀ ਬਾਕੀ ਮਿਲਦੇ ਹਾਂ ਸਵੇਰੇ ਨਵੇਂ ਵਲੋਗ ਦੇ ਨਾਲ ਬਾਏ ਬਾਏ ਮੇਰੀ ਜਾਣ ਜਿਹਦੇ ਵਸਦੇ ਰਹੋ ਅਤੇ ਨਜ਼ਾਰੇ ਲਓ